ਆ ਜਾਓ ਵੀ ਸੱਜਣੋ, ਅੱਜ ਤੁਹਾਨੂੰ ਵੀਡੀਓ ਦੇ ਵਿੱਚ ਆ ਫਿਰੋਜ਼ਪੁਰੀਆਂ ਦਾ ਲੁਕਿਆ ਛਿਪਿਆ ਘੋੜਾ ਵਿਖਾਉਣ ਲੱਗੇ ਹਾਂ। ਲੁਕਿਆ ਛਿਪਿਆ ਮੈਂ ਤਾਂ ਕਹਿੰਦਾ ਹੈ, ਇਹ ਲਫ਼ਜ਼ ਤਾਂ ਵਰਤਿਆ ਕਿਉਂਕਿ ਘੋੜੇ ਦੇ ਰਿਜ਼ਲਟ ਬੜੇ ਚੰਗੇ ਆ ਗਏ, ਪਰ ਵੀਰਾਂ ਨੇ ਪਹਿਲੀ ਵਾਰਾਂ ਆਪਣੇ ਚੈਨਲ ਦੇ ਥਰੂ ਹੀ ਕਹਿ ਦਈਏ ਵੀ ਇਹਦਾ ਮੁੱਖੜਾ ਵਿਖਾਇਆ। ਇਦੋਂ ਪਹਿਲਾਂ ਕੋਈ ਇਹਦੀ ਵੀਡੀਓ ਨਹੀਂ ਬਣੀ, ਕਿਤੇ ਲੈ ਕੇ ਨਹੀਂ ਗਏ, ਬਸ ਜਿਹੜੀਆਂ ਪਤਾ ਲੱਗਦਾ ਸੀ ਸਰਕਲ ਦੇ ਵਿੱਚ ਘੋੜੀਆਂ ਵਾਲਿਆਂ ਨੂੰ, ਉਹ ਘੋੜੀਆਂ ਬਹੁਤ ਸੋਹਣੀਆਂ ਇਹਨਾਂ ਤੋਂ ਮੇਟ ਹੋਈਆਂ ਅਤੇ ਬੱਚੇ ਬੜੇ ਚੰਗੇ ਆ ਗਏ, ਉਹ ਵੀ ਤੁਹਾਨੂੰ ਅੱਗੇ ਵਿਖਾਉਂਦੇ ਹਾਂ। ਸੋ ਘੋੜੇ ਦਾ ਨਾਂ ਦੱਸਾਂ ਅਤੇ ਨਾਂ ਬਾਈ ਹੋਣਾ ਰੱਖਿਆ ਗੁਲਾਬ, ਅਤੇ ਜਿਉਂ ਜਿਉਂ ਅਸੀਂ ਇਹਨੂੰ ਤੋਰਦੇ ਹਾਂ ਨਾ, ਅਤੇ ਇਹ ਪਤੰਦਰ ਗੁਲਾਬ ਵਾਂਗੂ ਥੱਲਿਓਂ ਜਮਾਂ ਗੁਲਾਬੀ ਗੁਲਾਬੀ ਨਿਕਲਦਾ ਆਉਂਦਾ ਹੈ। ਗੁਲਾਬੀ ਪੁਣਾ ਬਹੁਤ ਹੈ ਘੋੜੇ ਦੇ ਵਿੱਚ, ਬਾਕੀ ਖੂਬਸੂਰਤੀ ਬਹੁਤ ਹੈ। ਇਹਦਾ ਬਾਪ ਹੈਗਾ ਹੈ ਜੀ ਅਰਜਨ ਰੌਲੀ ਵਾਲਾ, ਅਤੇ ਅਰਜਨ ਰੌਲੀ ਵਾਲਾ ਕੌਣ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਸੱਜਣੋ। ਅਤੇ ਜੇ ਮਾਂ ਵਾਲੇ ਪਾਸੇ ਜਾਈਏ ਅਤੇ ਮਾਂ ਇਹਦੀ ਹੈਗੀ ਹੈ ਵੱਢ ਖਾਣ ਘੋੜੇ ਦੀ ਧੀ, 64+ ਨੁਕਰੀ ਘੋੜੀ ਦਾ ਪੁੱਤ ਹੈ, ਅਤੇ ਜਿਹੜੀ ਇਹਦੀ ਮਾਂ ਹੈ ਉਹ ਵੀ ਬਾਈਆਂ ਦੇ ਗਿੱਲ ਸਟੱਡ ਫਾਰਮ 'ਤੇ ਹੀ ਖੜ੍ਹੀ ਹੈ, ਤੁਸੀਂ ਜਾ ਕੇ ਝਾਂਤ ਮਾਰ ਸਕਦੇ ਹੋ। ਆਪਾਂ ਪਹੁੰਚੇ ਹਾਂ ਪਿੰਡ ਦੁੱਲਾ ਸਿੰਘ ਵਾਲਾ, ਜ਼ਿਲ੍ਹਾ ਬਾਈਆਂ ਦਾ ਹੈ ਜੀ ਫਿਰੋਜ਼ਪੁਰ, ਅਤੇ ਭਰਾਵਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ, ਅਤੇ ਬਾਕੀ ਘੋੜੇ 'ਤੇ ਨਗਾਹ ਮਾਰੀ ਚੱਲੋ ਕਿ ਘੋੜੇ ਦਾ ਜਿਹੜਾ ਸੁਨੱਖਾਪਨ ਹੈ ਉਹ ਮੈਨੂੰ ਲੱਗਦਾ ਕਿ ਆ ਗਿਆ ਅਰਜਨ ਰੌਲੀ ਵਾਲੇ ਪਾਸਿਓਂ, ਬਾਪ ਵਾਲੇ ਪਾਸਿਓਂ। ਅਤੇ ਜਿਹੜਾ ਇਹਦਾ ਮਜ਼ਬੂਤੀ ਪਾਣਾ ਹੈ, ਮਜ਼ਬੂਤ ਬਹੁਤ ਹੈ, ਇਹ ਆ ਗਿਆ ਘੋੜਾ ਜਿਹੜਾ ਵੱਢ ਖਾਣਾ ਘੋੜਾ ਹੈ ਉਹਦੇ ਖਾਨਦਾਨ ਵਾਲੇ ਪਾਸਿਓਂ। ਬਾਕੀ ਸਾਰੀ ਬਰੀਕੀਆਂ 'ਚ ਗੱਲ ਕਰਨੀ ਹੈ, ਘੋੜੇ ਦਾ ਇਕੱਲਾ ਇਕੱਲਾ ਅੰਗ ਵਿਖਾਉਣਾ ਤੁਹਾਨੂੰ, ਘੋੜੇ ਦੀ ਖੜਨੀ ਵਿਖਾਉਣੀ ਹੈ, ਘੋੜੇ ਦੀ ਤੁਰਨੀ ਵਿਖਾਉਣੀ ਹੈ, ਘੋੜੇ ਦੀ ਖੂਬਸੂਰਤੀ ਵਿਖਾਉਣੀ ਹੈ, ਘੋੜੇ ਦੀ ਮਜ਼ਬੂਤੀ ਵਿਖਾਉਣੀ ਹੈ। ਸੋ ਵੀਡੀਓ ਟਾਈਮ ਕੱਢ ਕੇ ਸਾਰੀ ਦੇਖਿਓ। ਹੁਣ ਗੱਲ ਕਰਦੇ ਹਾਂ ਆਪਾਂ ਇਹਦੇ ਰਿਜ਼ਲਟਾਂ ਦੀ। ਆਹ ਇੱਕ ਰਿਜ਼ਲਟ ਬਾਈਆਂ ਦੇ ਘਰੇ ਹੀ ਆਇਆ, ਬਹੁਤ ਚੰਗਾ। ਇਹਦੀ ਕਿੰਨੀ ਉਮਰ ਹੈ, ਕਿੰਨੇ ਕੁ ਦਿਨਾਂ ਦਾ ਹੋ ਗਿਆ ਉਹ ਤਾਂ ਵੀਡੀਓ 'ਚ ਦੱਸਣਾ ਹੈ। ਬਾਕੀ ਚੰਬੀਆਂ ਘੋੜੀਆਂ ਤੋਂ, ਨੀਲੀ ਚੰਬੀ, ਗਰੜੀ ਚੰਬੀ, ਅਬਲਕ ਤੋਂ, ਕੋਈ ਵੀ ਚੰਬੀ ਲਾ ਲਓ, ਉਹਦੇ ਤੋਂ ਸਪੋਟਲੈਸ ਨੁਕਰੇ ਬੱਚੇ ਪੈਦਾ ਕਰੀ ਜਾਂਦਾ, ਉਹ ਤੁਹਾਨੂੰ ਅੱਗੇ ਪੜਦਾ ਅਸੀਂ ਵੀਡੀਓ 'ਚ ਚੱਕਣਾ। ਇਹ ਨੇ ਜੀ ਸਰਦਾਰ ਗੁਰਮੁਖ ਸਿੰਘ ਨੰਬਰਦਾਰ ਦਾ ਪਰਿਵਾਰ ਅਤੇ ਸਰਦਾਰ ਨਿਰਮਲ ਸਿੰਘ ਦਾ ਪਰਿਵਾਰ। ਬਹੁਤ ਹੀ ਹਸਮੁੱਖ ਬੰਦੇ ਹੈ, ਬਹੁਤ ਹੀ ਥਪਾਕ ਵਾਲੇ ਬੰਦੇ ਹੈ। ਸੋ ਸਾਰੇ ਨੰਬਰਦਾਰ ਪਰਿਵਾਰ ਦਾ ਧੰਨਵਾਦ ਹੈ, ਸੋ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਫਾਰਮ 'ਤੇ ਸੱਦਿਆ ਅਤੇ ਵੀਡੀਓਗ੍ਰਾਫੀ ਕਰਵਾਈ। ਸੋ ਬੇਨਤੀ ਹੈ ਕਿ ਤੁਸੀਂ ਵੀ ਭਰਾਵਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਵੀਡੀਓ ਵੱਧ ਤੋਂ ਵੱਧ ਵੀਰਾਂ ਦੀ ਸ਼ੇਅਰ ਕਰਿਓ, ਅਤੇ ਫੋਨ ਕਰਕੇ ਵਧਾਈ ਵੀ ਜ਼ਰੂਰ ਦਿਓ। ਕਿੰਨੀ ਇਹਦੀ ਉਮਰ ਹੈ, ਕਿੰਨੀ ਹਾਈਟ ਹੈ, ਉਹ ਆਪਾਂ ਭਰਾਵਾਂ ਤੋਂ ਵੀਡੀਓ 'ਤੇ ਪੁੱਛ ਲੈਣਾ ਹੈ। ਅਤੇ ਜਿਨ੍ਹਾਂ ਨੇ ਪੁਰਾਣੀ ਵੀਡੀਓ ਸ਼ੇਅਰ ਕੀਤੀ, ਨਵਾਂ ਨਵਾਂ ਪੇਜ ਫੋਲੋ ਕੀਤਾ, ਉਹਨਾਂ 'ਚੋਂ ਕੁਝ ਭਰਾਵਾਂ ਦੇ ਨਾਮ ਨੇ ਜਸਵੀਰ ਬਿੱਟੂ, ਕਰਮਜੀਤ ਸਰਾਓ, ਕਰਨ ਸੋਹੀ, ਸਰਬਜੀਤ ਸਿੰਘ, ਗੋਬਿੰਦਪ੍ਰੀਤ ਧਾਲੀਵਾਲ, ਜਸਵੀਰ ਸਿੰਘ, ਰਾਜ ਸਿੰਘ, ਗੁਰਸ਼ੇਰ ਬਾਵਾ, ਹਰਜੀਤ ਬਰਾੜ, ਬਾਬਾ ਹਰਪ੍ਰੀਤ ਸਿੰਘ, ਸੇਖੋ ਨਿੰਦਰ, ਗੁਰਸ਼ਾਨ ਗਿੱਲ, ਸਨੀ ਬਰਾੜ, ਸੁਖਜਿੰਦਰ ਸੰਧੂ, ਰਾਮਦੇਵ ਸਟੱਡ ਫਾਰਮ, ਕ੍ਰਿਸ਼ਨ ਮਾਨ, ਸਿਮਰਨ ਦਿਓਲ, ਸ਼ਹਿਬਾਜਪੁਰ। ਆ ਜਾਓ ਕਰਦੇ ਹਾਂ ਗੱਲਬਾਤ। ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੇ ਸੂਝਵਾਨ ਸਰੋਤਿਆਂ ਦਾ, ਸਾਰੇ ਭਰਾਵਾਂ ਦਾ, ਸਾਰੇ ਸੱਜਣਾਂ ਦਾ ਅਤੇ ਸਾਰੇ ਮਿੱਤਰਾਂ ਦਾ, ਇੱਕ ਵਾਰੀ ਤੋਂ ਫਿਰ ਤੁਹਾਡੇ ਆਪਣੇ ਚੈਨਲ 'ਤੇ ਆਮ ਤੋਂ ਖਾਸ 'ਤੇ ਨਵੀਂ ਵੀਡੀਓ ਦੇ ਵਿੱਚ ਫਿਰ ਸਵਾਗਤ ਕਰਦੇ ਹਾਂ। ਅਤੇ ਜੀਆਂ ਆਖਦੇ ਹਾਂ, ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਦਾ ਵੀ ਮਾਣ ਸਤਿਕਾਰ ਅਤੇ ਅਦਬ ਨਾਲ ਸਵਾਗਤ ਕਰਦੇ ਹਾਂ ਅਤੇ ਜੀਆਂ ਆਖਦੇ ਹਾਂ। ਸੱਜਣੋ, ਸਟਾਰਟਿੰਗ ਦੇ ਵਿੱਚ ਬਹੁਤ ਹੀ ਸੋਹਣਾ ਸੁਨੱਖਾ ਤੁਹਾਨੂੰ, ਇੱਕ ਮੈਂ ਚਾਂਦੀ ਵਰਗਾ ਕਹਿ ਲਾਂ, ਗੁਲਾਬੀ ਕਹਿ ਲਾਂ, ਉੱਬਲਦੇ ਦੁੱਧ ਵਰਗਾ ਕਹਿ ਲਾਂ, ਕਿ ਜਾਂ ਨਰਮੇ ਦੀ ਫੁੱਟੀ ਵਰਗਾ ਕਹਿ ਲਾਂ, ਕਿਸੇ ਵੀ ਤੁਸੀਂ ਸ਼ਬਦ 'ਤੇ ਉਹਦੀ ਖੂਬਸੂਰਤੀ ਦਾ ਅੰਦਾਜ਼ਾ ਲਾ ਸਕਦੇ ਹੋ। ਇੱਕ ਨੁਕਰਾ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟਿਆ, ਕਿਹੜੇ ਘੋੜੇ ਦਾ ਪੁੱਤ ਹੈ, ਕਿੰਨੀ ਉਮਰ ਹੈ, ਕਿੰਨੀ ਹਾਈਟ ਹੈ, ਇਹ ਤਾਂ ਆਪਾਂ ਭਰਾਵਾਂ ਤੋਂ ਪੁੱਛਣਾ ਹੈ। ਅਤੇ ਤੁਹਾਨੂੰ ਮੈਂ ਕੁਝ ਸੋਹਣੇ ਰਿਜ਼ਲਟ ਵੀ ਵਿਖਾ ਕੇ ਹਟਿਆ। ਮੇਨ ਸੋਹਣੇ ਅਤੇ ਸੁਹਾਗਾ ਇਹ ਹੈ ਸੱਜਣੋ, ਕਿ ਜਿੰਨੀ ਘੋੜੇ ਦੀ ਖੂਬਸੂਰਤੀ ਹੈ, ਜਿੰਨਾ ਇਹਦਾ ਸੁਨੱਖਾਪਨ ਹੈ, ਜਿੰਨਾ ਇਹਦਾ ਧਾਕੜ ਸਰੀਰ ਹੈ, ਜਿੰਨਾ ਇਹਨੂੰ ਮਹਾਰਾਜ ਨੇ ਮਜ਼ਬੂਤ ਬਣਾਇਆ,
ਤੇ ਓਨਾ ਹੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ ਕਿ ਜਿਹੜੇ ਬੱਚੇ ਆ ਰਹੇ ਆ ਸੱਜਣੋ, ਉਹ ਵੀ ਕਹਿ ਦਈਏ ਪੰਜਾਬੀ ਦੀ ਭਾਸ਼ਾ 'ਚ ਵੀ ਚੀਕਾਂ ਕਢਾਈ ਜਾਂਦੇ ਆ, ਉਹਨਾਂ ਦੇ ਵੀ ਬਹੁਤ ਸੋਹਣਾ ਪਿੱਠ ਪੂੜਾ, ਹਾਈਟ ਕਰਨ ਵਾਲੇ, ਸਪੋਟਲੈਸ, ਖੂਬਸੂਰਤ, ਛੋਟੇ ਕਰਨ ਵਾਲੇ ਤੇ ਬਹੁਤ ਬਰੀਕੀਆਂ ਵਾਲੇ ਬੱਚੇ ਆ ਰਹੇ ਆ। ਅੱਜ ਆਪਾਂ ਪਹੁੰਚੇ ਹਾਂ ਜੀ, ਪਿੰਡ ਹੈ ਦੂਲਾ ਸਿੰਘ ਵਾਲਾ ਅਤੇ ਜ਼ਿਲ੍ਹਾ ਪੈ ਜਾਂਦਾ ਹੈ ਭਰਾਵਾਂ ਨੂੰ ਫਿਰੋਜ਼ਪੁਰ, ਅਤੇ ਨੰਬਰਦਾਰ ਸਾਹਿਬ ਦੇ ਫਾਰਮ 'ਤੇ ਪਹੁੰਚੇ ਆਪਾਂ ਅੱਜ, ਅਤੇ ਉਹਨਾਂ ਦਾ ਸੋਹਣਾ ਸੁਨੱਖਾ ਘੋੜਾ ਵਿਖਾਉਣਾ ਹੈ, ਭਰਾਵਾਂ ਨਾਲ ਗੱਲਬਾਤ ਕਰਨੀ ਹੈ। ਬੈਠੇ ਨੇ ਸਰਦਾਰ ਹਰਬੰਸ ਸਿੰਘ ਜੀ, ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਨੰਬਰਦਾਰ ਸਰਦਾਰ ਨਿਰਮਲ ਸਿੰਘ ਜੀ, ਅਤੇ ਸਰਪੰਚ ਸਾਹਿਬ ਨੂੰ ਤੁਸੀਂ ਪਛਾਣ ਹੀ ਲਿਆ ਹੋਣਾ, ਅਤੇ ਇਹਨਾਂ ਦੇ ਕੋਲ ਵੀ ਬਹੁਤ ਸੋਹਣਾ ਸੁਨੱਖਾ ਘੋੜਾ ਹੈ, ਅਤੇ ਵੱਡੀਆਂ ਘੋੜੀਆਂ ਦੇ ਸ਼ੌਕੀਨ ਹੈ, ਵੱਡੀਆਂ ਘੋੜੀਆਂ ਨੇ ਇਹਨਾਂ ਦੇ ਕੋਲ। ਸਰਦਾਰ ਸਰਪੰਚ ਜਗਤਾਰ ਸਿੰਘ ਜੀ ਆਪਣੇ ਇਹਨਾਂ ਨੇ, ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਬਚਿੱਤਰ ਸਿੰਘ ਜੀ, ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਕੁਲਦੀਪ ਸਿੰਘ ਜੀ, ਅਤੇ ਪਰਲੇ ਪਾਸੇ ਸਾਡੇ ਵੱਡੇ ਭਰਾ ਬੈਠੇ ਨੇ ਸਰਦਾਰ ਸਤਨਾਮ ਸਿੰਘ ਜੀ, ਅਤੇ ਨਾਲ ਉਹਨਾਂ ਦੇ ਧੀਆਂ ਪੁੱਤ ਬੈਠੇ ਨੇ, ਭੈਣ ਭਰਾ ਬੈਠੇ ਨੇ। ਸਾਰਿਆਂ ਦਾ ਪਹਿਲਾਂ ਕਰਦੇ ਹਾਂ ਸਵਾਗਤ, ਫਿਰ ਛੇੜਦੇ ਹਾਂ, ਸਾਰੀਆਂ ਠੰਡੀਆਂ ਤੱਤੀਆਂ ਜਾਣਕਾਰੀਆਂ ਤੁਹਾਨੂੰ ਦਿੰਦੇ ਹਾਂ, ਛੇੜਦੇ ਹਾਂ ਗੱਲਾਂ ਬਾਤਾਂ। ਬਾਜੀ ਸਾਰਿਆਂ ਦੇ ਆਮ ਤੋਂ ਖਾਸ ਚੈਨਲ 'ਤੇ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਆਹ ਸਵਾਦ ਹੈ ਅੱਜ, ਸਤਿ ਸ਼੍ਰੀ ਅਕਾਲ ਬੁਲਾਉਂਦਾ, ਹੈ ਨਾ, ਮੈਨੂੰ ਕਹਿਣ ਦੀ ਲੋੜ ਨਹੀਂ ਪਈ, ਹੈ ਨਾ। ਘੋੜਿਆਂ ਜਿੱਦਾਂ ਸਰਪੰਚ ਸਾਹਿਬ ਟਿਕਦਾ ਨਹੀਂ, ਹੈ ਨਾ, ਘੋੜੇ 'ਚ ਅਗਰੈਸ਼ਨ ਪੂਰਾ ਹੈ, ਉੱਦਾਂ ਬੰਦਿਆਂ 'ਚ ਵੀ ਅਗਰੈਸ਼ਨ ਹੈ ਨਾ, ਇਹ ਗੱਲ ਮੰਨਣੀ ਪਊਗੀ। ਖੁਰਾਕਾਂ 'ਚ ਉੱਧਰ ਤਕੜੀਆਂ ਅਤੇ ਇੱਧਰ ਵੀ ਕਿਸੇ ਗੱਲੋਂ ਘਾਟ ਨਹੀਂ। ਅਤੇ ਬਾਈ ਗੱਲ ਸ਼ੁਰੂ ਹੁੰਦੀ ਹੈ ਜੀ ਹਰਬੰਸ ਸਿੰਘ ਜੀ ਸ਼ੌਕ ਤੋਂ, ਸ਼ੌਕ ਕਿੰਨਾ ਕੁ ਪੁਰਾਣਾ ਹੈ ਅਤੇ ਘੋੜਾ ਆਪਣੇ ਕੋਲ ਕਿੰਨਾ ਕੁ ਟਾਈਮ ਹੋ ਗਿਆ? ਸ਼ੌਕ ਤਾਂ ਵੇਖੋ ਇਹ 3 ਪੀੜ੍ਹੀਆਂ ਤੋਂ, ਪਿਓ ਦਾਦੇ ਤੋਂ ਲੈ ਕੇ ਜੱਦੀ ਪੁਸ਼ਤੀ ਸ਼ੌਕ ਹੈ। ਜੱਦੀ ਸ਼ੌਕ ਤੁਰਿਆ ਦਾ ਜੀ ਜੀ, ਮੇਰੇ ਦਾਦਾ ਜੀ ਰੱਖਦੇ ਸਰਦਾਰ ਗੁਰਮੁਖ ਸਿੰਘ ਨੰਬਰ ਦਾ ਜੀ, ਉਹ ਸ਼ੁਰੂ ਤੋਂ ਜੀ ਮੁੜ ਕੇ ਸੱਜੇ ਸੱਜੇ ਸਾਡੇ ਪਿਤਾ ਨੂੰ ਸ਼ੌਕ ਪਿਆ, ਫਿਰ ਜਦੋਂ ਮੈਂ ਉੱਠਿਆ ਫਿਰ ਮੈਨੂੰ ਸ਼ੌਕ ਪਿਆ ਜੀ, ਫਿਰ ਅਸੀਂ ਚੰਗੀ ਘੋੜੀ ਲਈ, 63 ਇੰਚ ਘੋੜੀ ਲਈ ਵੱਡੀ ਜੀ, ਫਿਰ ਚੰਗੇ ਥਾਂ ਤੋਂ ਮੇਟ ਕਰਾਈ ਰੌਲੀ ਅਰਜਨ ਤੋਂ, ਜਿਹੜੀ ਆਪਣੇ ਵਾਲੇ ਘੋੜੇ ਦੀ ਮਾਂ ਆਪਣੇ ਕੋਲੇ ਹੀ ਆ ਜੀ ਜੀ, ਅਰਜਨ ਰੌਲੀ ਤੋਂ ਫਿਰ ਮੇਟ ਕਰਾਈ, ਫਿਰ ਉਹਨੇ ਮਾਲੇ ਬੱਚਾ ਦਿੱਤਾ, ਸੋਹਣਾ ਬੱਚਾ। ਹਾਂਜੀ, ਅੱਛਾ ਆਪਣੇ ਘਰ ਦੀ ਪੈਦਾਇਸ਼ ਹੈ? ਘਰ ਦਾ, ਘਰ ਦਾ ਜੀ ਆਪਣਾ। ਹਾਂਜੀ ਜੀ, ਇਹ ਨਾ ਆਪਾਂ ਅੱਗੇ ਸਰਦਾਰ ਸਾਹਿਬ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਕਈ ਵਾਰੀ ਨਾ ਆਪਾਂ ਕਹਿ ਦਿੰਦੇ ਹਾਂ ਘੋੜਾ ਖਰੀਦ ਕੇ ਲਿਆਂਦਾ, ਸ਼ਾਇਦ ਕਿਤੇ ਨਾ ਕਿਤੇ ਖਰੀਦਣਾ ਹੋ ਸਕਦਾ ਵੀ ਪੈਸਾ ਟਕਾ ਲਾ ਕੇ ਬੰਦਾ ਖਰੀਦ ਲਿਆਵੇ, ਪਰ ਸਾਣ ਬਣਾਉਣਾ ਬੜਾ ਔਖਾ। ਇਹ ਗੱਲ ਪੁਆਇੰਟ ਵਾਲੀ ਹੈ ਵੀ ਜਿੰਨੇ ਸਾਣ ਤਿਆਰ ਕਰ ਲਿਆ ਨਾ ਅੱਜ ਦੇ ਟਾਈਮ 'ਚ, ਤੇ ਉਹ ਇੱਕ ਵੱਡੀ ਉਪਲਬਧੀ ਹੈ, ਤੇ ਉਹ ਵੀ ਇੰਨਾ ਸੋਹਣਾ ਸੁਨੱਖਾ ਘੋੜਾ। ਅੱਛਾ, ਜਦੋਂ ਮੰਨ ਕੇ ਚੱਲੋ ਵੀ ਗੱਲ ਕਰਾਂ ਵੀ ਘੋੜੀ ਤੁਹਾਡੇ ਕੋਲ ਘਰ ਦੀ ਸੀ ਜਾਂ ਘੋੜੀ ਬਾਹਰੋਂ ਆਈ? ਨਹੀਂ, ਘੋੜੀ ਮੁੱਲ ਖਰੀਦੀ ਸੀ ਜੀ। ਘੋੜੀ ਮੁੱਲ ਖਰੀਦੀ, ਤੇ ਘੋੜੀ ਦਾ ਖਾਨਦਾਨ ਕਿਹੜਾ ਹੈ ਜੀ? ਘੋੜੀ ਜੀ ਹਰਵਿੰਦਰ ਸਿੰਘ ਕਾਲੇ ਕਿਆਲੇ ਦੇ ਖਾਨਦਾਨ ਚ ਘੋੜੀ ਉੱਥੋਂ ਲਈ, ਉਹਨਾਂ ਕੋਲੇ ਘੋੜਾ ਸੀ, ਵੱਢ ਖਾਣਾ ਘੋੜਾ ਹੈ। ਅੱਛਾ, ਬਹੁਤ ਮਸ਼ਹੂਰ ਜੀ, ਉਹਦੀ ਹੈ ਘੋੜੀ, ਵੱਢ ਖਾਣਾ ਘੋੜਾ ਵੀ ਆਪਣੇ ਮਾਝੇ ਏਰੀਆ ਜੀ ਬਹੁਤ ਟਾਈਮ ਮਾਝੇ ਚ ਹੋਦਣਾ ਨਾਲ ਕੋਈ ਰਿਹਾ ਸੀ ਜੀ, ਚੈਂਪੀਅਨ ਵੀ ਰਿਹਾ ਘੋੜਾ ਜੀ, ਉਹਦੀ ਧੀ ਹੀ ਹੈ। ਫਿਰ ਆਪਾਂ ਆਪਦੇ ਲਾਗੇ ਖਰੀਦੀ ਕੀ ਮਿਲ ਜੀ ਗਾੜੀ, ਉਹਨੇ ਵੇਖ ਲਓ ਵੀ ਏਡਾ ਸੋਹਣਾ ਖਾਨਦਾਨ ਹੈ ਤੇ ਬੱਚਾ ਵੀ ਕਿੱਡਾ ਸੋਹਣਾ ਕੱਢਿਆ ਹੈ ਨਾ, ਚੰਗੀ ਵੇਖ ਕੇ ਲਈ, ਦੋਵੇਂ ਲਾਈਨਾਂ ਦਾ ਸੁਮੇਲ ਹੋ ਗਿਆ। ਹਾਂਜੀ, ਉਧਰੋਂ ਘੋੜੀ ਵੀ ਚੰਗੀ ਆ ਤੇ ਉਧਰੋਂ ਅਰਜਨ ਰੌਲੀ ਨੂੰ ਤੇ ਬੱਚਾ ਜਾਣਦਾ ਵੀ ਉਹਨੇ ਕਿੰਨੇ ਕਿੱਲ ਕੱਢੇ ਹੈ ਨਾ। ਅੱਛਾ, ਹੁਣ ਗੱਲ ਆ ਜਾਂਦੀ ਹੈ ਹਰਬੰਸ ਬਾਈ ਵੀ ਘੋੜੇ ਬਾਰੇ ਥੋੜੀ ਜਿਹੀ ਆਪਾਂ ਜਾਣਕਾਰੀ ਦੇ ਦਈਏ, ਅਰਜਨ ਰੌਲੀ ਦਾ ਪੁੱਤ ਆ ਗਿਆ, ਹਾਂਜੀ ਹਾਂਜੀ, ਇਹਦੀ ਉਮਰ ਕਿੰਨੀ ਹੈ ਤੇ ਹਾਈਟ ਤੇ ਅੱਗੇ ਜਾ ਕੇ ਆਪਾਂ ਭਰਾਵਾਂ ਦੱਸਦੇ? ਇਹਦੀ ਉਮਰ 4.5 ਸਾਲ ਹੈ ਜੀ। 4.5 ਸਾਲ? ਹਾਂਜੀ ਹਾਂਜੀ। ਤੇ ਹੁਣ ਬੱਚੇ ਜਿੱਦਾਂ ਮੈਂ ਗੱਲ ਕਰਾਂ ਤੇ ਬੱਚੇ ਕਿੰਨੇ ਕੁ ਮਾਰਕੀਟ ਦੇ ਵਿੱਚ ਆ ਗਏ? ਬੱਚੇ ਬਹੁਤ ਚੰਗੇ, ਇੱਕ ਤਾਂ ਸਰਪੰਚ ਸਾਹਿਬ ਨੇ ਵਿਸ਼ੇਰੀ ਵੇਚੀ ਪਿੱਛੇ ਥੋੜੇ ਦਿਨ ਹੋ ਗਏ, ਤਿੰਨ ਸਰਦਾਰ ਜਗਤਾਰ ਸਿੰਘ ਜੀ, ਹਾਂਜੀ ਜਗਤਾਰ ਸਿੰਘ ਨੇ ਪਹਿਲੀ ਵਿਸ਼ੇਰੀ ਇਹਨਾਂ ਦੇ ਘਰੇ। ਅੱਛਾ, ਸਭ ਤੋਂ ਪਹਿਲਾ ਰਿਜ਼ਲਟ ਹੀ ਇਹਨਾਂ ਕੋਲੇ? ਵਾਹ ਜੀ। ਹਾਂ ਜੀ, ਤੇ ਹੋਰ ਮਾਝੇ 'ਚ ਵੀ ਵਿਸ਼ੇਰੀਆਂ ਦੀਆਂ ਚੰਗੀ ਚੰਗੀਆਂ ਖੜੀਆਂ, ਮਤਲਬ ਨੁਕਰੀਆਂ ਵਿਸ਼ੇਰੀਆਂ ਘੋੜੀਆਂ, ਚੰਬੀਆਂ 'ਤੇ ਵੀ ਸਾਰੀਆਂ 'ਤੇ ਨੁਕਰਾ ਹੀ ਬੱਚੇ ਦਿੱਤੇ। ਅੱਛਾ, ਚੰਬੀਆਂ ਘੋੜੀਆਂ ਤੋਂ ਵੀ ਨੁਕਰਾ ਰਹੇ ਸਪੋਰਟਲੈਸ? ਹਾਂਜੀ ਸਪੋਰਟਲੈਸ ਦਿੱਤੇ। ਜੀ, ਘੋੜਾ ਪੈਦਾ ਬਹੁਤ ਸੋਹਣੀ ਕਰ ਰਹੀ ਹੈ, ਲਾਲ ਘੋੜੀਆਂ ਮਗਰ ਵੀ ਮਤਲਬ ਨੁਕਰੇ ਬੱਚੇ, ਇੱਕ ਤਾਂ ਕੋਟ ਬੁੱਢੇ ਆ, ਹਾਂਜੀ, ਮਾਝੇ ਭਿੱਖੀ ਵਿੰਡਾ, ਇੱਕ ਇੱਥੇ ਪੋਜੋ ਕੀ ਘੋੜੀ ਖਾਈ ਲਾ ਕੇ ਜੀ, ਉਹਦੇ ਮਗਰ ਵੀ ਲਾਲ ਮਗਰੀ, ਚੰਬੀ ਮਗਰੀ ਨੁਕਰੀ ਵਿਸ਼ੇਰੀ, ਇੱਕ ਆਪਣੇ ਪਿੰਡੋਂ ਵੀ ਪਿਆ ਵਿਸ਼ੇਰਾ ਜੀ, ਉਹ ਵੀ ਚੰਬੀ ਮਗਰੀ ਨੁਕਰਾ, ਇੰਨਾ ਸੋਹਣਾ ਘੋੜਾ। ਹਾਂਜੀ, ਤੇ
ਇੰਨੀ ਸੋਹਣੀ ਉਹਦੀ ਬਨਾਵਟ ਹੈ, ਇੰਨਾ ਸੁਨੱਖਾ ਹੈ, ਅਤੇ ਵੱਡੀ ਗੱਲ ਵੀ ਬੱਚੇ ਇੰਨੇ ਸੋਹਣੇ ਪਾਈ ਜਾਂਦਾ ਹੈ। ਅਤੇ ਪਹਿਲਾਂ ਤਾਂ ਗੱਲ ਦਰਸ਼ਕ ਵੀ ਇਹ ਗੱਲ ਦਾ ਲਾਮਾ ਦੇਣਗੇ ਤੁਹਾਨੂੰ ਵੀ ਭਾਈ ਘੋੜਾ ਵਿਖਾਇਆ ਕਿਉਂ ਨਹੀਂ, ਬਸ ਐਵੇਂ ਘੋਲ ਹੀ ਕਰ ਛੱਡੀ ਗਏ, ਘੋਲ ਕਿਉਂ ਕਰ, ਬਸ ਐਵੇਂ ਟਾਈਮ ਹੀ ਨਹੀਂ ਮਿਲਿਆ, ਅੱਜ ਕਰਦੇ ਹਾਂ ਸਵੇਰੇ ਕਰਦੇ ਹਾਂ ਜੀ, ਇੰਨਾ ਟਾਈਮ ਹੀ ਨਹੀਂ, ਹੁਣ ਖੁੱਲ੍ਹ ਕੇ ਮੈਦਾਨ 'ਚ ਛੱਡਤਾ ਫਿਰ, ਹਾਂਜੀ ਹਾਂਜੀ ਹੁਣ ਵੱਜਣਗੀਆਂ ਥਾਪੀਆਂ ਨੰਬਰਦਾਰ ਸਾਹਿਬ, ਹੈ ਜੀ। ਅੱਛਾ ਜੇ ਮੈਂ ਗੱਲ ਕਰਾਂ ਨੰਬਰਦਾਰ ਸਾਹਿਬ ਵੀ ਤੁਸੀਂ ਵੀ ਜਿੱਦਾਂ ਬਾਈ ਜੀ ਨੇ ਦੱਸਿਆ ਵੀ ਜੱਦੀ ਪੁਸ਼ਤੀ ਸ਼ੌਂਕ ਹੈ, ਹੁਣ ਭਰਾਵਾਂ ਨੂੰ ਘੋੜੀ ਤੇ ਚੜ੍ਹੇ ਜਦੋਂ ਵੇਖਦੇ ਹੋ, ਲਗਾਮ ਹੱਥ 'ਚ ਫੜੀ ਦੇਖਦੇ ਹੋ, ਤੇ ਕਿੱਦਾਂ ਦਾ ਮਹਿਸੂਸ ਕਰਦੇ ਹੋ, ਆਪਦੀ ਜਵਾਨੀ ਚੇਤੇ ਆਉਂਦੀ ਹੈ? ਬੜੀ ਖੁਸ਼ੀ ਹੈ ਜੀ ਇਸ ਗੱਲ ਦੀ ਜੀ। ਇੱਕ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਇਸ ਚੀਜ਼ ਨਾਲ ਜੀ ਸਾਡੇ ਬੱਚੇ ਨਸ਼ੇ ਵਾਲੇ ਪਾਸੋਂ ਵੱਡੀ ਗੱਲ ਦੂਰ ਹੈ ਜੀ। ਮੇਰੇ ਚਾਰ ਬੇਟੇ ਆ, ਚਾਰੇ ਇਸ ਕਾਰਨ ਕਰਕੇ ਇਹ ਚੀਜ਼ ਤੋਂ ਰਹਿਤਾ, ਨਸ਼ਾ, ਮੀਟ, ਸ਼ਰਾਬ, ਆਂਡਾ ਜੀ, ਇਹਨਾਂ ਨੂੰ ਸ਼ੌਂਕ ਆ। ਮੇਰੇ ਪਿਤਾ ਜੀ ਰੱਖਦੇ ਸੀ ਜੀ, ਤੇ ਉਹਨਾਂ ਨੇ ਇਹਨਾਂ ਨੂੰ ਨਾਲ ਮਤਲਬ ਜਿਵੇਂ ਕੋਸ਼ਿਸ਼ ਕੀਤੀ, ਉਦੋਂ ਤੋਂ ਲੈ ਕੇ ਹੀ ਸਾਨੂੰ ਇਸ ਪਾਸੇ ਲਾਇਆ, ਇਹ ਉਹਨਾਂ ਦੀ ਦੌਲਤ ਆ ਸਾਡੇ ਪਿਤਾ ਜੀ ਦੀ ਜੀ। ਇਹ ਜਿਹੜਾ ਘੋੜਿਆਂ ਦਾ ਨਸ਼ਾ ਨੰਬਰਦਾਰ ਸਾਹਿਬ, ਮੈਂ ਤੇ ਕਹਿੰਦਾ ਇਹ ਘਰ ਘਰ ਹੋਣਾ ਚਾਹੀਦਾ ਹੈ, ਦੂਜੇ ਨਸ਼ੇ ਦੇ ਲਾਗੇ ਨਹੀਂ ਤੁਹਾਡੀ ਗੱਲ ਕੋਲੋਂ ਬੰਦਾ ਜਾਂਦਾ। ਹਾਂਜੀ ਹਾਂਜੀ, ਤੇ ਹੁਣ ਜਦੋਂ ਪੋਤਾ ਬਹਿੰਦਾ ਸੀਗਾ ਅੱਜ ਘੋੜੇ ਤੇ ਤੁਹਾਡਾ, ਹਾਂਜੀ ਹਾਂਜੀ ਹਾਂਜੀ, ਤੇ ਦਿਲ ਚ ਆਉਂਦਾ ਨੇ ਕਿ ਮਾਰਕੇ ਤਪਾ ਕੇ ਮੈਂ ਵੀ ਦੇ ਕੇ ਮੁੱਛ ਨੂੰ ਵੱਟ ਤੇ ਫਵਾਂ ਘੋੜੇ। ਠੀਕ ਆ ਜੀ, ਠੀਕ ਆ, ਉਹ ਸਮੇਂ ਦੀ ਗੱਲ ਨਾ, ਸਮੇਂ ਨਾਲ ਹੁਣ ਜੀ ਤਾਂ ਭਾਵੇਂ ਕਰੀ ਜਾਵੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ, ਹੁਣ ਬੱਚਿਆਂ ਦਾ ਕੰਮ ਆ ਜੀ, ਬੱਚੇ ਦਿਲ ਨੂੰ ਸੰਤੁਸ਼ਟੀ ਹੈ। ਮੈਂ ਤਾਂ ਇੱਥੋਂ ਤੱਕ ਵੀ ਅਜੇ ਕੋਸ਼ਿਸ਼ ਕਰਦਾ ਵੀ ਮੇਰੀ ਦੋ ਬੇਟੀਆਂ ਵੀ ਮੈਂ ਜਵਾਈਆਂ ਨੂੰ ਵੀ ਹੌਲੀ ਹੌਲੀ ਰਖਾਉਣੀਆਂ ਜੀ, ਇੱਧਰ ਨੂੰ ਮਤਲਬ ਕੋਸ਼ਿਸ਼ ਹੋਵੇ, ਸਾਡੀ ਜਿਹੜੀ ਪੀੜ੍ਹੀ ਆ ਉਹ ਸਿੱਖੇ ਵੀ ਇਹ, ਬਾਕੀ ਇਹ ਚੀਜ਼ ਲਾਹੇਵੰਦ ਆ। ਸਾਨੂੰ ਤਾਂ ਇਸ ਗੱਲ ਦੀ ਇੰਨੀ ਵੱਡੀ ਖੁਸ਼ੀ ਆ ਵੀ ਦੂਰ ਦੂਰ ਤੋਂ ਜਿੱਥੇ ਅਸੀਂ ਕਿਤੇ ਜਾਂਦੇ ਹਾਂ ਤੇ ਸਾਡਾ ਸਾਨੂੰ ਉੱਥੇ ਮਾਣ ਪਿਆਰ ਮਿਲਦਾ, ਜਿਹੜੇ ਕਹਿੰਦੇ ਵੀ ਬਾਪੂ ਅਸੀਂ ਤਾਂ ਤੁਹਾਡੇ ਘਰੇ ਗਏ ਸਾਂ ਜੀ, ਅਸੀਂ ਤਾਂ ਤੁਹਾਡੇ ਕੋਲੇ ਗਏ ਸਾਂ ਜੀ, ਉਹ ਮਾਣ ਉਹ ਕਿਤੋਂ ਨਹੀਂ ਸੀ ਮਿਲ ਸਕਦਾ ਇਸ ਚੀਜ਼ ਤੋਂ। ਬਿਲਕੁਲ ਬਿਲਕੁਲ, ਇਹ ਦਿਲ ਬੱਠਲ ਜਿੱਡਾ ਹੋ ਜਾਂਦਾ ਜਦੋਂ ਕੋਈ ਭਰਾ ਇਦਾਂ ਕਹਿੰਦਾ ਜੀ, ਜਦੋਂ ਭੈਣ ਭਰਾ ਆਉਂਦੇ ਆ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਜੀ। ਅੱਜ ਕੱਲ੍ਹ ਤਾਂ ਮੈਨੂੰ ਵੇਖੋ ਗੱਡੀ ਕਿੰਨੇ ਵਾਲੀ ਲੈ, ਉਹਨੂੰ ਨਹੀਂ ਵੇਂਹਦਾ ਜਿਹੜਾ ਇਹਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤਾਈਂ ਕੋਸ਼ਿਸ਼ ਕਰਦੇ ਆ ਵੀ ਅਸੀਂ ਘੋੜੀ ਵੇਖ ਵੇਨੇ ਆ ਜਾਂ ਘੋੜਾ ਵੇਨੇ ਆ, ਬੜੀ ਖੁਸ਼ੀ ਮਹਿਸੂਸ ਹੁੰਦੀ ਆ। ਬਹੁਤ ਵਧੀਆ ਗੱਲ ਆ ਨੰਬਰਦਾਰ ਸਾਹਿਬ, ਵਾਹਿਗੁਰੂ ਏਦਾਂ ਹੀ ਤੁਹਾਡੀ ਚੜ੍ਹਦੀ ਕਲਾ ਰੱਖੇ ਤੇ ਤੁਹਾਡੇ ਘੋੜੇ ਦੀ ਚੜ੍ਹਦੀ ਕਲਾ ਰੱਖੇ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ, ਤੁਹਾਡਾ ਘੋੜਾ ਤੁਹਾਡਾ ਚੰਗਾ ਨਾਮਣਾ ਬਣਾਈ ਵੀ ਬੈਠਾ ਤੇ ਗਾਂ ਹੋਰ ਵੀ ਚਾਰ ਚੰਦ ਲਾਵੇ, ਆਪਾਂ ਤੇ ਇਹ ਅਰਦਾਸ ਕਰਦੇ ਹਾਂ ਜੀ। ਅੱਛਾ ਸਰਪੰਚ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਵੀ, ਬਹੁਤ ਬਹੁਤ ਸਵਾਗਤ, ਧੰਨਵਾਦ ਜਿਨ੍ਹਾਂ ਨੇ ਆਮ ਤੋਂ ਖਾਸ ਸੰਧੂ ਸਾਹਿਬ ਤੋਂ ਟਾਈਮ ਕੱਢਿਆ, ਧੰਨਵਾਦ ਧੰਨਵਾਦ। ਤੇ ਘੋੜਿਆਂ ਦੀ ਦੁਨੀਆ ਦੇ ਵਿੱਚ ਜੀ ਤੁਸੀਂ ਜਿਹੜਾ ਵੀ ਉਪਰਾਲਾ ਕਰ ਰਹੇ ਜੀ ਜੀ, ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਹਾਡੇ ਨਾਲ ਹੀ ਬਹੁਤ ਤਗੜਾ ਜਿਹੜਾ ਸਿਸਟਮ ਜੁੜ ਜਾਂਦਾ ਜੀ, ਧੰਨਵਾਦ। ਕਿਉਂਕਿ ਜਿੱਥੇ ਅਸੀਂ ਜਾ ਨਹੀਂ ਸਕਦੇ, ਜਿਹਨੂੰ ਅਸੀਂ ਮਿਲ ਨਹੀਂ ਸਕਦੇ, ਉਹ ਵੀਡੀਓ ਰਾਹੀਂ ਸਾਨੂੰ ਜ਼ਰੂਰ ਮਿਲ ਪੈਂਦਾ, ਅਸੀਂ ਉਹਨੂੰ ਮਿਲ ਪੈਂਦੇ, ਉਹ ਸਾਨੂੰ ਮਿਲ ਪੈਂਦਾ। ਸਰਪੰਚ ਸਾਹਿਬ ਕੋਲੇ ਵੀ ਬਹੁਤ ਵੱਡਾ ਬਹੁਤ ਸੋਹਣਾ ਘੋੜਾ ਸੀ ਤੇ ਉਹ ਘੋੜੇ ਨੇ ਆਪਣੇ ਤੋਂ ਮੰਨ ਲਓ ਵੀ ਕਿਤੇ ਵੀ ਤੋਂ ਜ਼ਿਆਦੇ ਮੰਨ ਲਓ ਬੱਚੇ ਪੈਦਾ ਕੀਤੇ ਜੀ ਉਹਨੇ, ਹੈ ਨਾ। ਹੁਣ ਤਾਂ ਮੇਰਾ ਖਿਆਲ ਬਹੁਤ ਮਾੜੀ ਗੱਲ ਹੈ, ਉਹ ਘੋੜਾ ਦੱਸਦੇ ਵੀ ਆਪਣੇ ਤੋਂ ਵਿਦਾ ਲੈ ਗਿਆ, ਹੈ ਨਾ, ਪੂਰਾ ਹੋ ਗਿਆ ਜੀ, ਕੀ ਗੱਲ ਬਣ ਗਈ ਸਰਪੰਚ ਸਾਹਿਬ? ਉਹ ਰਾਤ ਖੁੱਲ੍ਹ ਗਿਆ ਸੀ ਸੰਧੂ ਸਾਹਿਬ ਜੀ, ਖੁੱਲ੍ਹ ਕੇ ਤੇ ਬਾਹਰ ਜਾ ਕੇ ਦਰਖਤ ਨਾਲ ਵੱਜ ਗਿਆ, ਜੋ ਪਰਮੇਸ਼ਰ ਦਾ ਹੁਕਮ ਹੈ। ਅੱਛਾ, ਖੂਨ ਅੰਦਰ ਪੈਣ ਕਰਕੇ, ਇਹ ਤਾਂ ਗੁਰੂ ਦਸਵੇਂ ਪਾਤਸ਼ਾਹ ਦੀ ਚੀਜ਼ ਹੈ, ਉਹ ਬੂਟਾ ਕੋਈ ਲਾਇਆ ਆਪਣੇ ਘੋੜੀਆਂ ਹੈਗੀਆਂ ਨੇ ਜੀ, ਘੋੜੀਆਂ ਦੇ ਬਾਬੇ ਉਹ ਇੰਨੀਆਂ ਜੇ ਕਿਤੇ ਟਾਈਮ ਲੱਗਿਆ ਨਾ
ਤੇ ਮੈਂ ਅੱਗੇ ਵੀ ਤੁਹਾਨੂੰ ਸ਼ੁਰੂ 'ਚ ਦੱਸ ਕੇ ਹਟਿਆ ਵੀ ਘੋੜੀਆਂ ਤਾਂ ਓਡੀ ਓਡੀ ਘੋੜੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਕਿਉਂਕਿ 68 ਇੰਚ 79 ਇੰਚ ਘੋੜੀ ਆਮ ਇਹਨਾਂ ਦੇ ਕੋਲ ਖੜੀ ਹੈ ਕਿਤੇ ਲੱਗਾ ਅੱਠ ਸਮਾਂ, ਤੇ ਮੈਂ ਤੁਹਾਨੂੰ ਐਗਜੈਕਟ ਹੋ ਸਕਦਾ ਫੱਟੀ ਮਾਰ ਕੇ ਵੀ ਤੁਹਾਨੂੰ ਦਿਖਾਈਏ। ਬਹੁਤ ਸੋਹਣੀਆਂ ਘੋੜੀਆਂ ਦੀ ਕਲੈਕਸ਼ਨ ਬਹੁਤ ਤੁਹਾਡੀ ਚੰਗੀ ਹੈ, ਇਹ ਵਧਾਈ ਦੇ ਪਾਤਰ ਹੋ ਤੁਸੀਂ ਕਿ ਤੁਹਾਡੀ ਮਿਹਨਤ ਅੱਜ ਰੰਗ ਲਿਆਈ ਹੈ ਤੇ ਸੋਹਣੀ ਕਲੈਕਸ਼ਨ ਕਰਨ ਦੇ ਕਾਮਯਾਬ ਹੋਏ। ਅੱਛਾ, ਜਿਹੜਾ ਬਾਈ ਜੀ ਹੋਣਾ ਕਾਲ ਘੋੜਾ ਹੈ ਜੀ, ਇਹਦੇ 'ਤੇ ਆਪਾਂ ਆਈਏ ਵੀ ਇਹਦੇ ਵਿੱਚ ਸਰਪੰਚ ਸਾਹਿਬ ਤੁਹਾਡਾ ਵੀ ਤਜੁਰਬਾ ਬਹੁਤ ਹੋ ਗਿਆ, ਇੱਧਰ ਭਰਾਵਾਂ ਦਾ ਵੀ ਜੱਦੀ ਪੁਸ਼ਤੀ ਕੰਮ ਹੈ ਜੀ, ਤੁਹਾਡੀ ਅੱਖ ਕੀ ਆਉਂਦੀ ਹੈ, ਤੁਹਾਨੂੰ ਕੀ ਲੱਗਦਾ ਘੋੜੇ ਦੇ ਵਿੱਚ ਦੂਜਿਆਂ ਘੋੜਿਆਂ ਤੋਂ ਕੀ ਅਲੱਗ ਹੈ ਬਾਈ ਹੁਣ ਵਾਲੇ ਘੋੜੇ 'ਚ? ਨਹੀਂ, ਇੱਕ ਤਾਂ ਲੈਣ ਬੜੀ ਵਧੀਆ ਪਿਓ ਵਾਲੀ, ਜਿਹੜੀ ਇਹਦੇ ਜਿਹੜੀ ਇਹਦੀ ਮਾਂ ਦਾ ਪਿਓ ਹੈ ਜੀ, ਉਹ ਲੈਣ ਬੜੀ ਵਧੀਆ, ਕਿਉਂਕਿ ਪਹਿਲਾਂ ਸਭ ਤੋਂ ਉਹ ਹੀ ਚੈਂਪੀਅਨ ਹੁੰਦਾ ਸੀ, ਕੋਈ ਸ਼ੋਰ ਹੀ ਉਹਨੇ ਛੱਡਿਆ। ਰਵਿੰਦੇ ਕਾਲੇ ਕਿਆਂ ਕੋਲ ਹੁੰਦਾ ਸੀ, ਫਿਰ ਡੱਗੋ ਰਮਾਣੇ ਚਲੇ ਗਿਆ ਜੀ, ਡੱਗੇ ਰਮਾਣੇ ਤੋਂ ਫਿਰ ਉਹਨਾਂ ਵੇਚ ਦਿੱਤਾ, ਫਿਰ ਇੱਧਰ ਬਘੇਲੇ ਕੋਲ ਆ ਗਿਆ, ਫਿਰ ਇੰਦਰਜੀਤ ਕੋਲ ਆ ਗਿਆ, ਉਹ ਘੁੰਮਦਾ ਘੁਮਾਉਂਦਾ ਫਿਰ ਉਹ ਭੀਮ ਲੈ ਗਿਆ ਆਪਦੇ ਪਿੰਡ ਜੀ, ਘੋੜਾ ਉਹਨਾਂ ਦੇ ਘਰੇ ਹੀ ਚਲੇ ਗਿਆ ਜੀ, ਏਡਾ ਘੋੜਾ ਚੰਗਾ ਸੀ ਉਹ, ਕਈਆਂ ਥਾਵਾਂ ਤੇ ਰਹਿ ਕੇ ਵੀ ਉਹਨਾਂ ਮਾਲਕਾਂ ਦਾ ਫਿਰ ਮਨ ਕੀਤਾ, ਘੋੜਾ ਵਾਪਸ ਚਲੇ ਗਿਆ, ਅਜੇ ਵੀ ਘੋੜੀਆਂ ਮੇਟ ਕਰਦਾ, ਬਹੁਤ ਘੋੜਾ, ਕਿਉਂਕਿ ਚੈਂਪੀਅਨ ਘੋੜਾ, ਉਹਦੀ ਧੀ ਇਹਦੀ ਮਾਂ, ਗਾਂ ਵੇਖ ਲਓ ਇਹਦੇ ਉੱਤੇ ਰੌਲੀ ਵਾਲਾ ਅਰਜਨ, ਉਹ ਤਾਂ ਗੱਲਾਂ ਹੀ ਪਰਾਂ ਨੇ ਜੀ, ਕਿਉਂਕਿ ਬਹੁਤ ਚੰਗਾ ਘੋੜਾ, ਬਿਲਕੁਲ ਉਹਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣੀ ਬੜੀ, ਕੋਈ ਸ਼ੱਕ ਨਹੀਂ। ਬਾਕੀ ਇਹ ਹੈ ਵੀ ਕਸਰਾਂ ਇਹ ਵੀ ਕੱਢੀ ਜਾਂਦਾ ਹੈ, ਕਿੰਨੀਆਂ ਪੀੜੀਆਂ ਹੋਈਆਂ, ਪਿੱਛੇ ਜਾਓ ਤੇ ਲੈਣ ਬੜੀ ਦੂਰ ਤੱਕ ਲੰਮੀ ਹੋ ਜਾਂਦੀ ਹੈ, ਕਿਉਂਕਿ ਨੁਕਰੇ ਨੇ ਗਾਂ ਨੁਕਰਾ ਹੀ ਪੈਦਾ ਕਰਨਾ, ਨੁਕਰਾ ਪੈਦਾ ਕਰਨਾ, ਕੋਈ ਹਾਂਜੀ ਹਾਂਜੀ। ਅੱਛਾ ਸਰਪੰਚ ਸਾਹਿਬ, ਜਿੱਦਾਂ ਮੈਂ ਗੱਲ ਕਰਕੇ ਹਟਿਆ ਬੱਚਿਆਂ ਦੀ, ਬੱਚਿਆਂ ਦੇ ਵਿੱਚ ਕੀ ਵੇਖਦੇ ਹੋ ਇਸ ਘੋੜੇ ਆਪਾਂ, ਇਹਦਾ ਨਾਂ ਕੀ ਰੱਖਿਆ ਬਾਈ, ਪਹਿਲਾਂ ਨਾਂ ਬਾਰੇ ਚਾਨਣਾ? ਗੁਲਾਬ, ਗੁਲਾਬ ਨਾਂ ਰੱਖਿਆ, ਵਾਹ, ਗੁਲਾਬ ਇਹਦਾ ਨਾਂ, ਗੁਲਾਬ ਰੱਖਣ ਦੇ ਪਿੱਛੇ ਵੀ ਕੀ ਕਾਰਨ, ਕਿੱਦਾਂ ਸੋਚਿਆ? ਗੁਲਾਬ ਤਰ੍ਹਾਂ ਮਹਿਕਦਾ ਜੀ, ਗੁਲਾਬ ਦੇ ਕੋਲੋਂ ਨੰਗੀ ਉਹ ਮਹਿਕ ਛੱਡਦਾ ਜਦੋਂ, ਬਾਕੀ ਜਦੋਂ ਤੋਰਦੇ ਹਾਂ ਆਪਾਂ ਬਾਹਰ, ਜਦੋਂ ਬਾਈ ਹੁਣੀ ਸਵਾਰੀ ਕਰਦੇ ਤੇ ਗੁਲਾਬੀ ਨਿਕਲਦਾ ਆਉਂਦਾ, ਹਾਂਜੀ ਹਾਂਜੀ, ਨੁਕਰੇ ਦੇ ਵਿੱਚ ਕਹਿੰਦੇ ਆ ਵੀ ਗੁਲਾਬੀ ਪੰਨ ਬੜਾ ਮਾਇਨੇ ਰੱਖਦਾ, ਬਹੁਤ ਮਾਇਨੇ, ਉਹ ਘੋੜੇ ਦੇ ਵਿੱਚ ਦੀਦਾ, ਹਾਂਜੀ ਸਾਰਾ ਕੁਝ ਦੀਦਾ, ਗੁਲਾਬ ਦਾ ਮਤਲਬ ਵੀ ਫੁੱਲ ਵਰਾਂ ਖਿੜਦਾ ਜੀ ਜੀ। ਬੱਚਿਆਂ ਦੀ ਗੱਲ ਜਿਹੜੀ ਤੁਸੀਂ ਕੀਤੀ, ਹਾਂਜੀ, ਬੱਚੇ ਬਹੁਤ ਵਧੀਆ ਆਏ ਆ ਜੀ, ਆਪਣੇ ਘਰੇ ਘੋੜੀ ਸੂਈ ਸੀ ਜੀ, ਸ਼ੇਰੀ ਸੇਲ ਕਰ ਦਿੱਤੀ ਹੈ ਜੀ, ਤੇ 2-2.5 ਲੱਖ ਦਾ ਛੋਟਾ ਜਿਹਾ ਬੱਚਾ ਵਿਕ ਜਾਣਾ ਮੈਨੇ ਰੱਖਦਾ, ਜੇ ਸਾਹਮਣੇ ਹੋ ਸਕਦੇ 10 ਤੋਂ ਵੀ ਪਾਰ ਕਰ ਜਾਂਦੀ। ਕਿੰਨੇ ਚਿਰ ਦੀ ਵਿਸ਼ੇਰੀ ਸੀ ਬਾਈ ਉਹ? ਉਹ 6-7 ਮਹੀਨੇ ਦੀ ਵੇਚੀ। ਵਾਹ ਜੀ, ਹੁਣ ਤੁਹਾਡੇ ਕੋਲੇ ਵੀ ਬਹੁਤ ਜਿਹੜਾ ਵਿਸ਼ੇਰਾ ਖੜਾ ਉਹ ਵੀ ਚੰਗੀ ਹੈਲਡ ਕਰੀ ਬੈਠਾ ਹਨਾ? ਹਾਂਜੀ ਹਾਂਜੀ, ਵਿਸ਼ੇਰਾ ਬਹੁਤ ਵਧੀਆ ਜੀ। ਚਲੋ ਵਾਹਿਗੁਰੂ ਕਿਰਪਾ ਕਰੇ, ਤੇ ਬਾਈ ਹੁਣ ਗੱਲ ਆ ਜਾਂਦੀ ਹੈ ਹਰਬੰਸ ਬਾਈ ਹਾਈਟ ਦੀ, ਹਾਈਟ ਕਿੰਨੀ ਆਪਣੇ ਘੋੜੇ ਦੀ ਫੱਟੀ ਹੈ? ਇਹਦੀ 67 ਇੰਚ ਹੈ। 67 ਇੰਚ ਫੱਟੀ ਹੈ, ਹਾਂਜੀ ਹਾਂਜੀ ਜੀ। ਤੇ ਇਹਦੀ ਜਿਹੜੀ ਜਿੱਦਾਂ ਮੈਂ ਗੱਲ ਕਰਕੇ ਹਟਿਆ ਵੀ ਜਦੋਂ ਬੱਚਾ ਆਇਆ ਕਰੇ, ਹਾਂਜੀ, ਹੋਰ ਵੀ ਬੱਚੇ ਆਏ ਹੋਣਗੇ ਕਿਉਂਕਿ ਪੁਰਾਣਾ ਕੰਮ ਹੈ, ਘੋੜੀਆਂ ਹੋਰ ਵੀ ਸੂਈਆਂ ਹੋਣਗੀਆਂ, ਲੋਕ ਭਰਾਵਾਂ ਦੇ ਵੀ ਵੇਖੇ ਹੋਣਗੇ, ਹਾਂਜੀ, ਇਹ ਘੋੜਾ ਹੀ ਸਾਂਭ ਬਣਾਉਣਾ, ਇਹਨੂੰ ਹੀ ਤਿਆਰ ਕਰਨਾ ਹੈ, ਇਹ ਕੀ ਦਿਮਾਗ ਦੇ ਵਿੱਚ ਸੀ ਵੀ ਇਹਦੇ 'ਚ ਕਿਹੜੀਆਂ ਬਰੀਕੀਆਂ ਲੱਗੀਆਂ ਉਸ ਟਾਈਮ? ਇਹ ਵੇਖੋ, ਇਹ ਮੇਰਾ ਉਸਤਾਦ ਸਰਦਾਰ ਜਗਤਾਰ ਸਿੰਘ ਜੀ ਉਦੋਂ ਇੱਥੇ ਸੀ ਸਰਪੰਚ ਸਾਹਿਬ ਜੀ, ਜਦੋਂ ਘੋੜੀ ਸਵਾਈ ਸੀ ਜੀ, ਤੇ ਇਹਨਾਂ ਉਦੋਂ ਹੀ ਵਚਨ ਕਰ ਦਿੱਤਾ ਸੀ ਵੀ ਆਸਾਨ ਘੋੜਾ ਬਣੂਗਾ ਜੀ, ਫਿਰ ਆਪਾਂ ਉਦੋਂ ਤੋਂ ਹੀ ਘੋੜੀ ਦੇ ਥੱਲਿਓ ਜਦੋਂ ਦੁੱਧ ਪਿਉਣ ਲੱਗੀ ਹੈ ਪਹਿਲੀ ਵਾਰ, ਜੇ ਘੋੜੀ ਦੇ ਥੱਲਿਓ ਨਾ ਬੱਚਾ ਨੰਗੇ, ਸਮਝ ਲਓ ਬੱਚਾ ਕੱਦ ਕਰੇਗਾ।
ਅੱਛਾ ਜੰਮਦੇ ਤਾਂ ਹੀ ਪਹਿਲਾਂ, ਕਿਉਂਕਿ ਮਾਂ ਵੀ ਬਹੁਤ ਖੁੱਲੀ ਹੈ। ਹਾਂਜੀ ਮਾਂ ਬਹੁਤ ਖੁੱਲੀ, ਪਤਾ ਲੱਗ ਜਾਂਦਾ ਬੱਚਾ ਕੱਦ ਕਰੇਗਾ ਜੀ, ਲੱਤ ਤੋਂ ਲੱਗ ਜਾਂਦਾ, ਉਹਦੀ ਬਾਡੀ ਤੋਂ ਲੱਗ ਜਾਂਦਾ ਜੀ। ਸਰਪੰਚ ਸਾਹਿਬ ਆਪਾਂ ਨਾ ਪਿਛਲੀ ਵੀਡੀਓ ਦੇ ਵਿੱਚ ਵੀ ਕਾਫੀ ਗੱਲਾਂ ਕੀਤੀਆਂ ਸੀ, ਕੋਈ ਉਦਾਂ ਦੀ ਗੱਲਬਾਤ ਭਰਾਵਾਂ ਤੱਕ ਕੋਈ ਪਹੁੰਚਾਉਣੀ ਚਾਹੁੰਦੇ ਹੋ, ਕੋਈ ਆਪਣੇ ਤੌਰ ਤੇ ਰੱਖਣਾ ਚਾਹੁੰਦੇ ਹੋ ਵੀ ਆਹ ਸੁਧਾਰ ਹੋਣਾ ਚਾਹੀਦਾ, ਜਾਂ ਕੋਈ ਗੱਲ ਭਰਾਵਾਂ ਨੂੰ ਘੋੜਿਆਂ ਬਾਰੇ ਵੀ ਜਿੱਦਾਂ ਖੁਰਾਕ ਦੀ ਗੱਲ ਤੁਰ ਪੈਂਦੀ ਹੈ, ਪੁੱਛਦੇ ਅਸੀਂ ਬਹੁਤ ਵੀਡੀਓ ਦੇ ਵਿੱਚ ਆ, ਪਰ ਐਗਜੈਕਟ ਤੌਰ ਤੇ ਕੋਈ ਸਾਨੂੰ ਸੰਤੁਸ਼ਟੀ ਵਾਲਾ ਜਵਾਬ ਨਹੀਂ ਮਿਲਦਾ। ਤੁਸੀਂ ਦੋਵੇਂ ਪਰਿਵਾਰ ਬੈਠੇ ਹੋ ਪੁਰਾਣੇ, ਤੁਸੀਂ ਜਵਾਬ ਦੇ ਸਕਦੇ ਹੋ ਵੀ ਘੋੜਿਆਂ ਦੀ ਖੁਰਾਕ ਬਾਰੇ, ਜਾਂ ਤੁਸੀਂ ਦੱਸ ਦਿਓ ਵੀ ਖੁਰਾਕ ਜਿਹੜੀ ਹੁਣ ਜਿੱਦਾਂ ਮੌਸਮ ਚੇਂਜ ਹੋ ਗਿਆ, ਸਿਆਲ ਚੋਂ ਗਰਮੀਆਂ 'ਚ ਆ ਗਿਆ। ਅਸਲ ਤਾਂ ਜੌਂ, ਜਵੀ, ਛੋਲੇ, ਹਾਂਜੀ ਇਹ ਅਸਲ ਘੋੜਿਆਂ ਦੀ ਖੁਰਾਕ, ਸੋਇਆਬੀਨ ਪਾਲੇ ਜੀ ਇਹ ਘੋੜਿਆਂ ਦੀ ਖੁਰਾਕ। ਇੱਕ ਤੁਸੀਂ ਦੱਸਦੇ ਪਏ ਸੀ ਉੱਥੇ ਜਦੋਂ ਆਪਾਂ ਆਫ ਕੈਮਰਾ ਖੜੇ ਸੀ, ਘੋੜਾ ਫੜਮਾਈ ਜਾਂਦੇ ਸੀ ਵੀ ਛੋਲੇ ਪਾਉਣ ਬਾਰੇ ਦੱਸਦੇ ਪਏ ਸੀ। ਛੋਲੇ ਤਾਂ ਬਹੁਤੇ ਤਾਂ ਜਿਵੇਂ ਰਾਜਸਥਾਨ 'ਚ ਮੈਂ ਬੜਾ ਘੁੰਮਿਆ ਜੀ, ਉੱਧਰ ਵੇਖ ਲਓ ਪੁੰਗਰੇ ਛੋਲੇ ਪਾਉਂਦੇ ਨੇ ਵੀ, ਪਹਿਲਾਂ ਰਾਤ ਪਿਆਉਂਦੇ ਨੇ ਜਾਂ ਸਵੇਰੇ ਉਹਨਾਂ ਬੋਰੀ 'ਤੇ ਪਾ ਦੇਣੇ, ਜਦੋਂ ਐਡੇ ਐਡੇ ਪੁੰਗਰ ਜਾਂਦੇ ਆ ਜੀ, ਉਹ ਆਉਂਦੇ ਉਦੋਂ ਵੀ ਜ਼ਿਆਦਾ ਅਸਰ ਕਰਦੇ ਆ। ਅੱਛਾ ਪੁੰਗਰੇ ਛੋਲੇ ਜਾਨੀ ਕਿ ਜਦੋਂ ਮਾੜੀ ਮਾੜੀਆਂ ਉਹ ਨਿਕਲ ਆਉਂਦੀਆਂ। ਹਾਂ ਜਦੋਂ ਉੱਗੇ ਛੋਲੇ ਸਮਝ ਲਓ ਜੀ। ਅੱਛਾ ਉਹ ਮੰਨ ਲਓ ਡੇਲੀ ਦੇ ਕਿੰਨੇ ਕੁ ਪਾਉਣੇ ਚਾਹੀਦੇ ਆ? ਕਿਲੋ ਵਾਧੂ ਘੋੜੇ ਨੇ ਤਾਂ, ਕਿਲੋ ਘੋੜੇ ਤੋਂ ਤੁਸੀਂ ਦੱਸਦੇ ਵੀ ਖਾਧੇ ਨਹੀਂ ਜਾਂਦੇ? ਨਹੀਂ ਖਾਧੇ। ਅਤੇ ਜਿਹੜੀ ਨੋਰਮਲ ਘੋੜੀ ਹੈ ਜਾਂ ਘੋੜੀ ਗੱਬਣ ਹੈ ਉਹਦੇ ਲਈ ਕਿੰਨੀ ਕੁ ਡਾਇਟ ਚਾਹੀਦੀ ਛੋਲਿਆਂ ਦੀ? ਉਹ ਤਾਂ ਅੱਧਾ ਕਿਲੋ ਪਾਲੇ ਬਹੁਤ। ਇੱਕ ਤਾਂ ਇੱਕ ਦਾਣੇ ਦਾ ਇਹ ਹੁੰਦਾ ਸੁੱਕ ਜੀ ਦਾਣਾ ਨਾ ਰੂਟੀਨ 'ਤੇ ਟੁੱਟਣ ਨਾ ਦੇ, ਇਹ ਨਾ ਲਿਆਂਦੀਆਂ ਇੱਕ 10 ਬੋਰੀਆਂ 'ਤੇ ਦਾਣਾ ਪਾਈ ਜੇ ਮੁੜ ਕੇ 2 ਮਹੀਨੇ ਵੇਖਣਾ ਹੀ ਨਹੀਂ ਦਾ ਜੀ। ਉਹ ਜਦੋਂ ਘੋੜੀ ਟੁੱਟ ਜੇ ਤਾਂ ਆਂਦੇ 1 ਸਾਲ ਘੋੜੀ ਨੂੰ ਰਾਜੀ ਕਰਨ 'ਤੇ ਲੱਗਦਾ, ਬੜਾ ਟਾਈਮ ਲੱਗਦਾ ਜੀ ਜਦੋਂ ਘੋੜੀ ਲਿੱਸੀ ਹੋ ਜਾਂਦੀ। ਬਿਲਕੁਲ ਬਿਲਕੁਲ, ਉਹ ਕਿਉਂਕਿ ਸਮਾਂ ਬੜਾ ਲੱਗਦਾ ਜੀ। ਠੀਕ ਹੈ ਨਾ? ਬਿਲਕੁਲ ਹਾਂਜੀ। ਅਤੇ ਹੁਣ ਆ ਜਾਈਏ ਫਿਰ ਹਰਬੰਸ ਬਾਈ ਆਪਾਂ ਘੋੜੇ 'ਤੇ, ਹੁਣ ਫਿਰ ਖੁੱਲ੍ਹ ਕੇ ਮੈਦਾਨ 'ਚ ਸਰਵਿਸ ਦਊਂਗੇ। ਹਾਂਜੀ ਛੱਡੋਗੇ ਘੋੜੀਆਂ 'ਤੇ ਕੋਈ ਵੀ ਭਰਾ ਤੁਹਾਡੇ ਤੋਂ ਭਰਾ ਸਕਦਾ, ਜਿੱਦਾਂ ਭਰਾ ਹੁਣਾਂ ਨੇ ਸੱਜਣੋਂ ਪਹਿਲਾਂ ਦੱਸਿਆ ਹੈ ਕਿ ਚੰਬੀਆਂ ਘੋੜੀਆਂ ਤੋਂ ਵੀ ਬਹੁਤ ਸੋਹਣਾ ਸਪੋਟਲੈਸ ਘੋੜਾ ਸੁਣਦਾ, ਕਾਲੀ ਚੰਬੀ ਤੋਂ ਵੀ ਸਪੋਟਲੈਸ ਸੁਣਦਾ, ਲਾਲ ਚੰਬੀ ਤੋਂ ਵੀ, ਗਰੜੀ ਚੰਬੀ ਤੋਂ ਵੀ, ਅਬਲਕ ਤੋਂ ਵੀ, ਅਤੇ ਉਹ ਤੁਹਾਨੂੰ ਅਸੀਂ ਫੋਟੋਆਂ ਵੀ ਨਾਲ ਬੱਚਿਆਂ ਦੀਆਂ ਵਿਖਾਈ ਜਾਂਦੇ ਹਾਂ, ਉਹ ਤੁਸੀਂ ਨਿਚੋੜ ਆਪ ਕੱਢ ਲਿਓ। ਬਾਕੀ ਸਰਵਿਸ ਲੈਣੀ ਹੈ ਐਗਜੈਕਟ ਭਰਾਵਾਂ ਤੋਂ ਆਪਾਂ ਲੋਕੇਸ਼ਨ ਪੁੱਛ ਲੈਂਦੇ ਹਾਂ, ਪਿੰਡ ਦਾ ਤੁਹਾਨੂੰ ਮੈਂ ਦੱਸਤਾ, ਜ਼ਿਲ੍ਹਾ ਦੱਸਤਾ, ਘਰ ਕਿੱਥੇ ਕੁ ਪੈਂਦਾ ਹੈ, ਅਤੇ ਬਾਕੀ ਨੰਬਰ ਨਾਲ ਹੈ, ਤੁਸੀਂ ਭਰਾਵਾਂ ਨੂੰ ਜੇ ਘੋੜੀ ਭਰਾਉਣੀ ਹੈ ਫੀਸ ਵੀ ਪੁੱਛ ਲੈਂਦੇ ਹਾਂ, ਅਤੇ ਤੁਸੀਂ ਭਰਾਵਾਂ ਤੱਕ ਪਹੁੰਚ ਜ਼ਰੂਰ ਕਰਿਓ, ਬਹੁਤ ਵਧੀਆ ਪਰਿਵਾਰ ਹੈ ਤੁਹਾਡਾ, ਸਤਿਕਾਰ ਬਹੁਤ ਹੋਊਗਾ, ਅਤੇ ਹੱਸਣ ਖੇਡਣ ਵਾਲੇ ਭਰਾ ਨੇ। ਬਾਕੀ ਸੀਰੀਅਸ ਤੌਰ 'ਤੇ ਵੀ ਜੇ ਤੁਸੀਂ ਕੋਈ ਜਾਣਕਾਰੀ ਘੋੜਿਆਂ ਪ੍ਰਤੀ ਵੀ ਲੈਣਾ ਚਾਹੁੰਦੇ ਹੋ, ਕਿਉਂਕਿ ਜਿੱਦਾਂ ਦੱਸ ਕੇ ਹਟਿਆ ਲੰਮਾ ਤਜੁਰਬਾ ਬੋਲਦਾ ਹੈ ਅੰਦਰ, ਅਤੇ ਉਹ ਇਹਨਾਂ ਦੇ ਘੋੜੇ 'ਚੋਂ ਵੀ ਬੋਲਦੀ ਉਹ ਚੀਜ਼ ਬਰੀਕੀਆਂ, ਉਹਦਾ ਕੱਟ ਪੁਆਇੰਟ ਬੋਲਦੇ ਆ, ਅਤੇ ਤੁਸੀਂ ਨਵੇਂ ਜਿਹੜੇ ਘੋੜਾ ਪਾਲਕ ਹੈ ਤੁਸੀਂ ਮੈਨੂੰ ਫੋਨ ਕਰਦੇ ਹੁੰਦੇ ਹੋ, ਤੁਸੀਂ ਇਹਨਾਂ ਵਰਗੇ ਪੁਰਾਣੇ ਸੱਜਣਾਂ ਦੀ ਸੰਗਤ ਕਰਿਆ ਕਰੋ, ਇਹਨਾਂ ਨੂੰ ਫੋਨ ਕਰਕੇ ਵੀ ਜ਼ਰੂਰ ਤੁਸੀਂ ਪੁੱਛਗਿੱਛ ਕਰ ਸਕਦੇ ਹੋ। ਅੱਛਾ ਬਈ ਹੁਣ ਦੱਸ ਦਈਏ ਵੀ ਆਪਾਂ ਨੂੰ ਕਿੰਨੀ ਫੀਸ ਕੀ ਸਰਵਿਸ ਲਾਉਂਗੇ ਜੀ? 21,000 ਰੁਪਈਆ। 21,000 ਰੁਪਈਆ ਉਹਦੇ ਵਿੱਚ ਮੰਨ ਲਓ ਵੀ ਜੇ ਕੋਈ ਭਰਾ ਮੰਨ ਲਓ ਹਫ਼ਤਾ ਦੱਸ ਦਿੰਦੀ ਤਾਂ ਕੋਈ ਗੱਲ ਨਹੀਂ ਹੁੰਦੀ ਹੈਗਾ, ਆਪਾਂ ਕਹਿੰਦੇ ਵੀ ਘੋੜੀ ਸਾਂਭ ਲਾਂਗੇ, ਉਦੋਂ ਲਹਿਦਾ ਜੇ ਕੋਈ ਭਰਾ ਦਾ ਵੀ ਮੈਂ ਤਾਂ ਚੈੱਕ ਪਾਸ ਕਰਾ ਕੇ ਖੜੂੰ ਬਾਈ, ਉਹਦੇ ਲਈ ਆਪਣੇ ਤੋਂ ਜਗ੍ਹਾ ਹੈ ਜੀ ਘੋੜੀਆਂ ਖਿਲਾਰਨ ਦੀ? ਹਾਂਜੀ ਚੈੱਕ ਪਾਸ ਕਰਕੇ ਵੀ ਦੇ ਦਾਂਗੇ। ਮੰਨ ਲਓ ਮਹੀਨਾ ਦੇ ਉਹ 1.5 ਮਹੀਨਾ ਜੇ ਰੁਕਦੇ ਆ, ਹਾਂਜੀ ਤੇ ਉਹਦੀ ਕੋਈ ਲਹਿਦਾ ਕੀ ਫੀਸ ਲਾਉਂਗੇ ਜੀ, ਕੀ ਚਾਰਜ ਡੇਲੀ ਦਾ ਲਾਉਂਗੇ? ਉਹ ਤਾਂ ਜੋ ਮਤਲਬ ਆਪਣੇ ਘੋੜਿਆਂ ਵਾਲਾ ਦਾ ਚੱਲਦਾ ਉਹੀ ਮਾਰਕੀਟ 'ਚ ਜੋ ਚੱਲਦਾ ਉਹ ਹੀ ਚੱਲੂ। ਹਾਂਜੀ ਹਾਂਜੀ ਜੀ। ਅੱਛਾ 21,000 ਰੁਪਈਆ ਫੀਸ, ਉਹਦੇ 'ਚ ਕੋਈ ਦੂਰੋਂ ਨੇੜਿਓਂ ਆਏ ਦਾ ਮਾਨਤਾਨ ਹੋ ਜੂ ਜੀ? ਮਾਨਤਾਨ ਹੋ ਜੂ ਜੀ। ਲੈ ਵੀ ਸੱਜਣੋ 21,000 ਰੁਪਈਆ ਇਹ ਸੋਹਣੇ ਸੁਨੱਖੇ ਘੋੜੇ ਦੀ ਫੀਸ ਹੈ, ਬੱਚੇ ਤੁਹਾਨੂੰ ਵਿਖਾ ਤੇ ਸ਼ੀਸ਼ਾ ਤੁਹਾਨੂੰ ਦਿਖਾ ਤਾ, ਬਾਕੀ ਜੇ ਕੋਈ ਚੰਗੀ ਘੋੜੀ ਤੁਹਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਘੋੜੀ ਖੜੀ ਹੈ
ਭਰਾਵਾਂ ਤੱਕ ਪਹੁੰਚ ਕਰ ਲਿਓ, ਮਾਣ ਤਾਂ ਤੁਹਾਡਾ ਪੂਰਾ ਹੋਊਗਾ। ਬਾਈ ਸਤਨਾਮ ਸਿੰਘ ਜੀ ਕੀ ਹਾਲ ਆ, ਕਹਿਣ ਓਕੇ ਰਿਪੋਰਟਾਂ ਹੈ ਜੀ, ਕੀ ਗੱਲ ਹੈ, ਠੰਡੇ ਤਾਂ ਨਹੀਂ ਹੋ ਗਏ? ਮੈਂ ਕਿਹਾ ਇੱਧਰ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਹਾਂ, ਕਦੇ ਭਰਾ ਰੋਟੀ ਰਾਟੀ ਖਾ ਕੇ ਹਟਿਆ ਤੇ ਵਾਸੀ ਵੂਸੀ ਨਾ ਆਉਂਦੀ ਹੋਏ? ਨਹੀਂ ਵਾਸੀ ਨਹੀਂ। ਤੁਸੀਂ ਦੱਸੋ ਆਪਣਾ ਤਜਰਬਾ ਵੀ, ਤੁਹਾਨੂੰ ਭਰਾਵਾਂ ਦੇ ਘੋੜੇ 'ਚ ਕੀ ਨਿਕਲਾ? ਜਿੱਦਣ ਬੱਚਾ ਜੰਮਿਆ ਸੀ ਨਾ, ਉੱਚੀ ਬੋਲਿਓ ਮੜਾ, ਜਿੱਦਣ ਬੱਚਾ ਜੰਮਿਆ ਸੀ ਜੀ, ਉਹਦੇ ਨਾਲ ਚੰਗੇ ਪੈਸੇ ਮਿਲਦੇ ਇਹਨਾਂ ਨੂੰ। ਅੱਛਾ, ਇਹ ਆਹਦੇ ਨਹੀਂ, ਅਸੀਂ ਨਹੀਂ ਵੇਚਣਾ ਵੀ, ਅਸੀਂ ਸਾਨ ਬਣਾਉਣਾ ਜੀ। ਵੀ ਜਦੋਂ ਜ਼ਿਆਦਾ ਪੈਸੇ ਮਿਲਣ ਨਾ, ਬੰਦਾ ਲਾਲਚ 'ਚ ਆ ਜਾਂਦਾ ਜੀ, ਪਰ ਇਹ ਲਾਲਚ 'ਚ ਨਹੀਂ ਆਏ। ਇਹਨਾਂ ਨੂੰ ਇਹੋ ਵਧਾਈ ਦਿੰਦੇ ਵੀ ਤੁਸੀਂ ਚੰਗੇ ਰਹਿ ਗਏ ਜੀ, ਨਹੀਂ ਆਏ ਤੁਹਾਡੇ ਘਰ ਹੀਰਾ ਆ ਗਿਆ ਹੀਰਾ। ਜੇ ਲਾਲਚ ਕਰ ਜਾਂਦੇ ਜੀ, ਅੱਜ ਇਹ ਘਰੇ ਨਹੀਂ ਆਉਣਾ, ਨਾ ਇਹ ਨਹੀਂ ਸੰਗਤ ਇਕੱਠੀ ਹੋਣੀ। ਬਿਲਕੁਲ, ਤੇ ਇਸੇ ਕਰਕੇ ਮੈਂ ਤੁਹਾਨੂੰ ਵੀ ਵਧਾਈ ਦਿੰਦਾ ਜੀ ਆਉਣ ਤੇ, ਤੇ ਇਹਨਾਂ ਨੂੰ ਵੀ ਦਿੰਦਾ। ਧੰਨਵਾਦ ਜੀ, ਧੰਨਵਾਦ। ਅੱਛਾ ਕੁਲਦੀਪ ਸਿੰਘ ਜੀ, ਤੁਹਾਡਾ ਵੀ ਤਜਰਬਾ ਕਾਫੀ ਰਿਹਾ ਘੋੜਿਆਂ ਵਾਲੇ ਭਰਾਵਾਂ ਨਾਲ, ਆਪਾਂ ਮਿਲਦੇ ਗਲਦੇ ਵੀ ਰਹਿੰਦੇ, ਮੰਡੀਆਂ 'ਚ ਵੀ ਮਿਲਦੇ ਹਾਂ ਅਕਸਰ ਹੀ, ਜਦੋਂ ਸ਼ੂਟ ਤੇ ਜਾਈਦਾ ਤੁਸੀਂ ਵੀ ਮਿਲ ਪੈਂਦੇ ਹੋ। ਬਿਲਕੁਲ ਜੀ, ਤੁਹਾਡੀ ਕੀ ਸੋਚ ਹੈ, ਇਹ ਥੋੜੀ ਜਿਹੀ ਗੱਲੀਏ ਆ। ਇਹ ਤਾਂ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ ਜੀ, ਸਰਪੰਚ ਸਾਹਿਬ ਨੇ ਘੋੜਾ ਪਾਸ ਕੀਤਾ ਤੇ ਮੈਂ ਉਹਦੇ ਕਮੈਂਟ ਕਰਾਂ ਗੱਲ ਜੀ। ਸਭ ਤੋਂ ਵੱਡੀ ਗੱਲ ਇਹ ਵੇਖੋ ਜੀ, ਅਸੀਂ 25-26 ਸਾਲ ਤੋਂ ਇਹ ਪਰਿਵਾਰ ਨੂੰ ਮਿਲਦੇ ਹਾਂ, ਸਰਪੰਚ ਸਾਹਿਬ ਹੋਣਾ ਨੂੰ, ਨੰਬਰਦਾਰ ਸਾਹਿਬ ਹੋਣਾ ਨੂੰ, ਤੇ ਅਸੀਂ ਮਾਝੇ ਤੋਂ ਪਹੁੰਚੇ ਅੱਜ, ਤੇ ਵੈਸੇ ਆਏ ਕਾਰੋਬਾਰ 'ਚ ਸਾਂ, ਨਾਲ ਤੁਹਾਡੀ ਸੰਗਤ ਹੋ ਗਈ ਹੈ ਤੇ ਬਹੁਤ ਵਧੀਆ ਪਰਿਵਾਰ ਹੈ ਜੀ, ਸਾਨੂੰ ਤੁਹਾਡੇ ਅੱਗੇ ਸੱਜਣਾਂ ਦੀ ਸੰਗਤ ਹੋ ਗਈ ਬਾਬਿਓ, ਤੇ ਸਾਨੂੰ ਬਹੁਤ ਵਧੀਆ ਖੁਸ਼ੀ ਮਿਲਦੀ ਹੈ। ਚੱਕਰ ਦੇ ਸਾਡੇ ਆਪਣੇ ਕਿਸਾਨਾਂ ਕੋਲ ਹੁੰਦਾ ਕੀ ਹੈ, ਆਪਣਾ ਹਿੱਲ ਸਟੇਸ਼ਨ ਆ, ਅਸੀਂ ਮੰਡੀ ਜਾਂਦੇ ਹਾਂ, ਸਾਨੂੰ ਯਾਰੀ ਦੋਸਤੀ ਉੱਥੇ ਮਿਲਦੀ ਆ ਤੇ ਬਹੁਤ ਵਧੀਆ ਜੀ, ਧੰਨਵਾਦ। ਚਲੋ ਧੰਨਵਾਦ ਬਾਈ ਜੀ, ਤੇ ਸਰਦਾਰ ਬਚਿੱਤਰ ਸਿੰਘ ਜੀ, ਬ੍ਰਦਰ ਆਪਣੇ ਜੀ ਸ਼ੋਅ ਤੇ ਹੈ ਨਾ। ਅੱਛਾ ਬਾਈ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਕੋਲ ਬਹੁਤ ਨਗੀਨਾ ਸੋਹਣਾ ਪ੍ਰਮਾਤਮਾ ਨੇ ਖੜਾਤਾ, ਦੋ ਲੈਣਾ ਤੁਸੀਂ ਵੀ ਭਰਾਵਾਂ ਨੂੰ ਜਿਹੜੇ ਹਜੇ ਲੈਣ ਬਾਰੇ ਸੋਚ ਰਹੇ ਆ ਜਾਂ ਨਵੇਂ ਇੱਧਰ ਘੋੜਾ ਪਾਲਕ ਜਾਂ ਸ਼ੌਂਕ ਨਾਲ ਜੁੜੇ ਆ, ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ? ਸਾਡੇ ਵੱਲੋਂ ਤਾਂ ਅਸੀਂ ਇਹਨਾਂ ਘੋੜਿਆਂ ਦੀ ਸੇਵਾ ਕਰੀਏ, ਘੋੜਿਆਂ ਦੀ ਬਹੁਤ ਸ਼ਾਨ ਵੱਧਦੀ ਆ, ਜਾਣਕਾਰੀ ਵੱਧਦੀ ਆ, ਬਾਹਰ ਮੇਲ ਮਿਲਾਪ ਵੱਧਦਾ ਜੀ। ਸਾਡੇ ਆਪ ਘਰ ਘੋੜੀ ਦਾ ਬੱਚਾ ਆਇਆ, ਘੋੜੀ ਦਾ ਬਹੁਤ ਸੋਹਣਾ ਬੱਚਾ ਜੀ, ਬਛੇਰੀ ਦਿੱਤੀ ਘੋੜੀ ਨੇ, ਬਹੁਤ ਸੋਹਣੀ ਆ ਜੀ। ਆਹ ਜਿਹੜੀ ਬਛੇਰੀ ਸੱਜਣੋ ਤੁਸੀਂ ਦੇਖੀ ਜਾਂਦੇ ਹੋ, ਬਾਈ ਹੋਣਾ ਦੇ ਘਰੇ ਹੀ ਹੈ। ਅੱਛਾ, ਇਹਦੀ ਮਾਂ ਕਿਹੜੇ ਖਾਨਦਾਨ ਚੋਂ ਹੈ ਜੀ? ਇਹਦੀ ਕੋ ਮਾਂ ਦੇ ਖਰੀਦ ਕੇ ਲਿਆਏ ਆ ਜੀ ਮੁੱਲ ਪਿੱਛੋਂ। ਅੱਛਾ, ਉਹਦੇ ਖਾਨਦਾਨ ਦਾ ਨਹੀਂ ਪਤਾ, ਪਿੱਛੋਂ ਖਰੀਦ ਕੇ ਲਿਆ। ਪਰ ਕੋ ਬਛੇਰੀ ਬਹੁਤ ਚੰਗੀ ਆਈ ਹੈ, ਕੱਟ ਪੁਆਇੰਟ ਬਹੁਤ ਘੋੜੀ, ਇਹਦੀ ਮਾਂ ਦੀ ਖੜਨੀ ਬੜੀ ਚੰਗੀ ਹੈ। ਹਾਂਜੀ, ਉਹ ਵੀ ਖੁੱਲੀ ਪੇਟਲ ਘੋੜੀ ਹੈ, ਵੱਡਾ ਬੂਟਾ ਬਹੁਤ, ਸਰਪੰਚ ਸਾਹਿਬ ਵੱਡਾ ਲੱਗਾ ਹਨਾ, ਬਹੁਤ ਵੱਡਾ ਲੱਗਾ ਜੀ। ਤੇ ਸੱਜਣੋ ਇਹ ਜਿਹੜੀ ਬਛੇਰੀ ਤੁਸੀਂ ਵੇਖ ਰਹੇ ਹੋ, ਇਹ ਬਾਈ ਜੀ ਹੁਣਾਂ ਦੇ ਘਰੇ ਹੀ ਹੈ, ਇਹ ਕਿੰਨੇ ਮਹੀਨਿਆਂ ਦੀ ਹੋ ਗਈ ਜੀ? ਜਿਹੜੀ ਮਾਂ ਤੁਹਾਨੂੰ ਫੋਟੋ ਮੈਨੂੰ ਮਿਲੀ ਤੇ ਫੋਟੋ ਪਾ ਦਿੰਦੇ ਆ, ਸਾਡਾ ਟਾਈਮ ਲੱਗਿਆ ਤੇ ਤੁਹਾਨੂੰ ਜਰੂਰ ਸ਼ਾਟ ਵਿਖਾਵਾਂਗੇ। ਇਹਦੀ ਮਾਂ ਵੀ ਬਾਈ ਜੀ ਹੁਣਾਂ ਦੇ ਘਰੇ ਹੀ ਹੈ, ਤੁਸੀਂ ਇੱਥੇ ਗੇੜਾ ਮਾਰ ਸਕਦੇ ਹੋ। ਹੁਣ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਹਰਬੰਸ ਬਾਈ, ਆਪਣਾ ਘਰ ਕਿੱਥੇ ਕੁ ਪੈ ਜਾਂਦਾ ਤੇ ਸਾਰਾ ਕੁਝ ਹੀ ਦੱਸ ਦਈਏ, ਪਿੰਡ ਜ਼ਿਲ੍ਹਾ? ਆਪਣਾ ਪਿੰਡ ਦੂਲੇ ਵਾਲਾ ਜੀ ਜੀ, ਜ਼ਿਲ੍ਹਾ ਫਿਰੋਜ਼ਪੁਰ ਜੀ, ਤਹਿਸੀਲ ਜੀਰਾ। ਤੇ ਘਰ ਕਿੱਥੇ ਕੁ ਪੈ ਜਾਂਦਾ ਜੀ? ਪਿੰਡ ਦੂਲੇ ਵਾਲੇ ਪਿੰਡ ਦੇ ਵਿੱਚ ਹੀ ਪਰ ਪੈ। ਤੇ ਫਾਰਮ ਦਾ ਨਾਂ ਕੀ ਆਪਣੇ ਦਾ? ਗਿੱਲ ਸਟੱਡ ਫਾਰਮ। ਗਿੱਲ ਸਟੱਡ ਫਾਰਮ, ਹਾਂਜੀ। ਤੇ ਉਹਦਾ ਪਿੰਡ ਦੇ ਵਿੱਚ ਨੰਬਰਦਾਰ ਸਾਹਿਬ? ਨੰਬਰਦਾਰ ਜੀ, ਮੱਲਾਂ ਦਾ ਨਾਲ ਨੇੜੇ ਮੱਲਾਂ ਵਾਲਾ। ਅੱਛਾ, ਨੇੜੇ ਮੱਲਾਂ ਵਾਲਾ, ਮੱਲਾਂ ਵਾਲਾ ਜੀ, ਮੱਲਾਂ ਵਾਲਾ ਜੀ। ਤੇ ਇਹ ਮੰਨ ਲਓ ਵੀ ਪਿੰਡ ਦੇ ਵਿੱਚ ਹੋਰ ਵੀ ਕਿਸੇ ਭਰਾ ਨੇ ਕੋੜੇ ਰੱਖੇ ਆ ਕਿ ਤੁਸੀਂ ਐਂ ਰੱਖੇ? ਨਹੀਂ, ਇੱਥੇ ਨਹੀਂ, ਹੋਰ ਕਿਸੇ ਪਿੰਡ ਨਹੀਂ, ਬਾਹਰ ਆ ਕਿਸੇ ਕੋਈ ਘੋੜਾ ਇਹਨਾਂ ਕੋਲੇ ਹੀ ਘੋੜਾ ਆਪਣੇ ਕੋਲੇ ਹੀ ਘੋੜਾ ਹੈ ਜੀ। ਲੈ ਵੀ ਸੱਜਣੋ, ਘੋੜਿਆਂ ਵਾਲੇ ਨੰਬਰਦਾਰਾਂ ਦੇ ਨਾਂ ਨਾਲ ਵੀ ਤੁਸੀਂ ਪਿੰਡ 'ਚੋਂ ਪੁੱਛ ਕੇ ਆ ਸਕਦੇ ਹੋ। ਬਾਕੀ ਦੂਜੀ ਗੱਲ, ਜਿੱਦਾਂ ਸ਼ੁਰੂ 'ਚ ਦੱਸਿਆ ਵੀ ਨੰਬਰ ਨਾਲ ਚੱਲੀ ਜਾਂਦਾ, ਤੁਸੀਂ ਭਰਾਵਾਂ ਨੂੰ ਪਹਿਲੀ ਗੱਲ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਮੈਸੇਜ ਜ਼ਰੂਰ ਮੈਂਸ਼ਨ ਕਰਿਓ, ਮੇਰੀ ਬੇਨਤੀ ਵੀ ਹੈ, ਵੀ ਘੋੜਾ ਕਿਵੇਂ ਲੱਗਾ ਤੁਹਾਨੂੰ, ਜਿਵੇਂ ਦੀ ਵੀ ਤੁਹਾਡੀ ਸੋਚ ਹੈ ਉਹ ਸਾਨੂੰ ਜ਼ਰੂਰ ਮੈਂਸ਼ਨ ਕਰਿਓ। ਬਾਕੀ ਦੂਜੀ ਗੱਲ ਵੀ ਵਧਾਈ ਜ਼ਰੂਰ ਦਿਓ ਫੋਨ ਲਾ ਕੇ ਭਰਾਵਾਂ ਨੂੰ, ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜ਼ਰੂਰ ਭਰਾਵਾਂ ਨੂੰ ਮੈਸੇਜ ਕਰਕੇ ਜਾਂ ਫੋਨ ਕਰਕੇ ਵਧਾਈ ਦਿਓ। ਅਤੇ ਤੀਜੀ ਗੱਲ ਵੀ ਜਿਹੜਾ ਮੇਨ ਤੁਹਾਨੂੰ ਰਿਜ਼ਲਟ ਵਿਖਾਏ ਹੈ, ਘੋੜੀਆਂ ਭਰਾਉਣੀਆਂ ਤੇ ਸੋਹਣਾ ਮੌਕਾ, ਸੋਹਣੀ ਮੰਨ ਲਓ ਵੀ ਬਹੁਤ ਸੀਮਿਤ ਫੀਸ ਹੈ, ਤੇ ਤੁਸੀਂ ਭਰਾਵਾਂ ਤੋਂ ਸਰਵਿਸ ਵੀ ਲੈ ਸਕਦੇ ਹੋ।
ਅੱਛਾ ਸਰਪੰਚ ਸਾਹਿਬ ਤੁਹਾਡੇ ਵੱਲੋਂ ਕੋਈ ਭਰਾਵਾਂ ਨੂੰ ਜਾਂਦੇ ਜਾਂਦੇ ਮੈਸੇਜ ਜੀ? ਮੈਂ ਤਾਂ ਸਭ ਤੋਂ ਇਹ ਗੱਲ ਆ ਕਹਿਣੀ ਚਾਹੁੰਦਾ ਵੀ ਜਿਹੜੇ ਸ਼ੋਅ ਹੁੰਦੇ ਨੇ ਜੀ, ਵੀ ਸ਼ੋਅ ਪੂਰੀ ਇਮਾਨਦਾਰੀ ਨਾਲ ਹੋਣੇ ਚਾਹੀਦੇ ਨੇ। ਕੋਈ ਵੀ ਜਾਨਵਰ ਲੱਗਿਆ ਹੈ ਉੱਥੇ ਗਿਆ ਹੈ, ਐ ਇਮਾਨਦਾਰੀ ਨਾਲ ਸ਼ੋਅ ਉਹਨੂੰ ਉਹ ਅਗਲੇ ਨੂੰ ਦੱਸਿਆ ਜਾਵੇ ਵੀ ਤੇਰੇ ਜਾਨਵਰ ਦੇ ਵਿੱਚ ਤੇਰੀ ਆਹ ਕੰਡੀਸ਼ਨ ਮਾੜੀ, ਇਹਦੀ ਧੌਣ ਮਾੜੀ, ਇਹਦੇ ਸੁੰਬ ਮਾੜੇ ਆ, ਇਹਦੇ ਦਾਗ ਨੇ, ਤੂੰ ਨਵਾਇਆ ਨਹੀਂ ਗਾ ਜਾਂ ਕੁਛ ਵੀ। ਕਿਉਂਕਿ ਜੇ ਸ਼ੋਅ ਇਮਾਨਦਾਰੀ ਨਾਲ ਹੋਣ ਲੱਗ ਪੈਣ ਨਾ ਤੇ ਜਿਹੜਾ ਘੋੜਾ ਜਗਤ ਹੋਰ ਤਰੱਕੀ ਕਰੇ, ਤਰੱਕੀ ਕਰੇ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਜੀ। ਇਹ ਸਭ ਤੋਂ ਵੱਡਾ ਪੁਆਇੰਟ ਹੈ ਕਿਉਂਕਿ ਕਈਆਂ ਥਾਵਾਂ ਤੇ ਸ਼ੋਆਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਝਗੜੇ ਵੀ ਹੁੰਦੇ ਨੇ, ਇਸੇ ਕਰਕੇ ਹੁੰਦੇ ਨੇ। ਉੱਥੇ ਬੰਦੇ ਨੂੰ ਅਹਿਮਤੀ ਨਾ ਦਿੱਤੀ ਜਾਵੇ, ਉੱਥੇ ਜਾਨਵਰ ਨੂੰ ਅਹਿਮਤੀ ਦਿੱਤੀ ਜਾਵੇ ਜਿਹੜਾ ਗੁਰੂ ਦਸਵੇਂ ਪਾਤਸ਼ਾਹ ਦਾ ਜਾਨਵਰ ਹੈ, ਲੇਖਾ ਦੇਣਾ ਪੈਣਾ ਹੈ। ਜੇ ਆਪਾਂ ਕੋਈ ਬੇਈਮਾਨੀ ਕਰਨੇ ਕੁਛ ਕਰਨੇ ਆ, ਗੁਰੂ ਦਸਵੇਂ ਪਾਤਸ਼ਾਹ ਨੇ ਘੋੜੇ ਨੂੰ ਬੜਾ ਤਗੜਾ ਰੁਤਬਾ ਦਿੱਤਾ। ਭਾਈ ਦਇਆ ਸਿੰਘ ਨੇ ਪੁੱਛਿਆ ਸੀ ਵੀ ਜਦੋਂ ਦਸਵੇਂ ਪਾਤਸ਼ਾਹ ਤੁਸੀਂ ਖੁਸ਼ ਹੋ ਜਾਓ, ਉਹ ਕਹਿੰਦਾ ਮੈਂ ਦੁੱਧ ਦੇਣਾ, ਉਹਨੇ ਜੇ ਉਦੋਂ ਖੁਸ਼ ਹੋ ਜਾਓ, ਉਹਨੇ ਮੈਂ ਪੁੱਤ ਦੇਣਾ, ਉਹਨੇ ਸੱਚੇ ਪਾਤਸ਼ਾਹ ਤੀਜਾ ਵਜਣ, ਜੇ ਇਦੋਂ ਵੀ ਖੁਸ਼ ਹੋ ਜਾਓ, ਉਹਨੇ ਮੈਂ ਘੋੜਾ ਦੇਣਾ, ਉਹਨੇ ਜਿੰਦੇ ਕਰੇ ਘੋੜਾ, ਉਹ ਰੋਜ਼ ਪੰਜਾਂ ਸਿੰਘਾਂ ਦੇ ਸਮਝ ਲਓ ਹੱਥ ਧਵਾਉਂਦਾ, ਪ੍ਰਸ਼ਾਦਾ ਛਕਾਉਂਦਾ। ਇਹ ਗੁਰੂ ਦਸਵੇਂ ਪਾਤਸ਼ਾਹ ਦੇ ਦਸਵੇਂ ਗ੍ਰੰਥ ਦੇ ਵਿੱਚ ਲਿਖਿਆ। ਮੈਂ ਤਾਂ ਇਹੋ ਹੀ ਆਹਣਾ ਵੀ ਇਮਾਨਦਾਰੀ ਨਾਲ ਸ਼ੋਅ ਹੋਣੇ ਚਾਹੀਦੇ ਆ, ਅਤੇ ਜਿਹੜਾ ਵਪਾਰ ਉਹ ਵੀ ਇਮਾਨਦਾਰੀ ਨਾਲ, ਕਿਉਂਕਿ ਕਈ ਹੁਣ ਆਹ ਵੀਡੀਓ ਆਉਂਦੀਆਂ ਨੇ ਮੇਰੇ ਨਾਲ ਠੱਗੀ ਵੱਜ ਗਈ, ਕਿਉਂਕਿ ਉਹ ਠੱਗੀ ਦੇ ਵਿੱਚ ਆਪਾਂ ਵੀ ਠੱਗੀ ਦੇ ਵਿੱਚ ਸ਼ਾਮਲ ਹੋ ਜਾਂਦੇ, ਆਪਣੇ ਮਨ 'ਚ ਵੀ ਕਿਤੇ ਨਾ ਕਿਤੇ ਲਾਲਚ, ਆਪਣੇ ਲਾਲਚ ਹੋ ਜਾਂਦਾ। ਜਦੋਂ ਆਣ ਕੇ ਨੰਬਰਦਾਰ ਗਾਉਂਦਾ ਤੇਰੀ ਘੋੜੀ ਮੈਂ 20 ਲੱਖ ਦੀ ਵੇਚ ਦੇਣਾ, ਮੈਂ ਨਾ ਮੇਰੀ ਘੋੜੀ ਤਾਂ 5 ਲੱਖ ਦੀ ਹੈ, ਉਦੋਂ ਨਾਲ ਮੇਰਾ ਵੀ ਸੰਯੋਗ ਨਾਲ ਹੁੰਦਾ। ਇਸ ਕਰਕੇ ਇਹਨਾਂ ਕੰਮਾਂ ਤੋਂ ਬਚਣਾ ਚਾਹੀਦਾ ਤੇ ਘੋੜੇ ਜਗਤ ਦੇ ਵਿੱਚ ਸਾਫ਼ ਸੁਥਰਾ ਕੰਮ ਕਰਨਾ ਚਾਹੀਦਾ, ਜਿਹੜੇ ਘੋੜੇ ਦਾ ਬੱਚਾ ਉਸੇ ਦਾ ਦੱਸਣਾ ਚਾਹੀਦਾ, ਉਸੇ ਦਾ ਦੱਸਣਾ ਚਾਹੀਦਾ। ਕਿਉਂਕਿ ਇਹ ਜੇ ਹੁਣ ਨੰਬਰਦਾਰਾਂ ਦੇ ਘੋੜੇ ਦੀ ਵਿਸ਼ੇਰੀ ਸਾਡੇ ਘਰੇ ਆਈ ਹੈ ਤੇ ਮੈਂ ਪਲਾਵ ਦੇ ਘੋੜੇ ਦੀ ਕਹਿ ਦਿੰਦਾ ਹੋਰ ਕਿਸੇ ਘੋੜੇ ਦੀ ਕਹਿ ਦਿੰਦਾ, ਪਰ ਨਹੀਂ, ਮੈਂ ਜਿੰਨੀਆਂ ਘੋੜੀਆਂ ਵਿਸ਼ੇਰੀਆਂ ਵੇਚੀਆਂ ਨੇ ਲਿਆਂਦੀਆਂ ਨੇ, ਆ ਗਿੱਲ ਸਾਹਿਬ ਤੋਂ ਇੱਕ ਵਿਸ਼ੇਰੀ ਮੈਂ ਲਿਆਂਦੀ ਇਹਨਾਂ ਤੋਂ, ਉਹ ਚਲੋ ਰੱਬ ਨੂੰ ਪਿਆਰੀ ਹੋ ਗਈ ਹੁਣ ਘੋੜੀ, ਜੇ ਏਡੀ ਘੋੜੀ ਨਹੀਂ ਪੰਜਾਬ ਦੇ ਵਿੱਚ ਹੋ ਗਈ, 70 ਇੰਚ ਕੱਦ ਕੌਣ ਕਰਦੀ? ਬਿਲਕੁਲ ਜੀ ਬਿਲਕੁਲ, ਠੀਕ ਹੈ ਨਾ। ਉਸ ਘੋੜੇ ਦੀ ਦੱਸੋ, ਉਹ ਵੀ ਗੁਰੂ ਦਸਵੇਂ ਪਾਤਸ਼ਾਹ ਦਾ ਘੋੜਾ, ਘੋੜੇ ਸਾਰੇ ਸਤਿਕਾਰਯੋਗ ਨੇ ਜੀ। ਆਪਣੇ ਵਾਲੇ ਘੋੜੇ ਦਾ ਨਾਂ ਭੁੱਲ ਗਿਆ ਮੈਨੂੰ, ਜਾਫਰ ਘੋੜਾ। ਇਹ ਨਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਅੱਗੇ ਵੀ, ਆਪਾਂ ਵੀਡੀਓ ਦੇ ਵਿੱਚ ਅਕਸਰ ਹੀ ਮੁੱਦਾ ਛੇੜਦੇ ਹੁੰਦੇ ਹਾਂ ਸੱਜਣੋ, ਕਿ ਜਿਹੜੇ ਘੋੜੇ ਦਾ ਜਿਹੜਾ ਬੱਚਾ ਹੈ ਉਹ ਉਹਦਾ ਨਾਂ ਦੱਸ ਕੇ ਕੋਈ 50,000 ਲੱਖ ਰੁਪਈਆ ਵੱਧ ਲਾਲਚ ਜਾਣ ਕੇ, ਤੇ ਜਿਹੜਾ ਦੂਜਾ ਬੰਦਾ ਹੈ ਉਹ ਗਾਂ ਹੋਰ ਕਿਸੇ ਦਾ ਕਹਿ ਕੇ ਵੇਚ ਦਿੰਦਾ ਹੈ, ਤੇ ਜਿਹੜਾ ਮੇਰੇ ਵਰਗਾ ਨਵਾਂ ਬੰਦਾ ਹੈ ਉਹ ਵੀ ਕੋਈ ਬਾਲੀ ਪੌਣ ਛਾਣ ਨਹੀਂ ਕਰਦਾ, ਨਹੀਂ ਕਰਦਾ। ਉਹਨਾਂ ਦਾ ਵੀ ਫਰਜ਼ ਬਣਦਾ ਵੀ ਭਾਈ ਆਪਦਾ ਪੌਣ ਛਾਣ ਕਰਕੇ ਲਓ, ਜੇ ਕੋਈ ਇੱਕ ਘੋੜੇ ਦਾ ਪਹਿਲਾਂ ਪੁੱਛ ਲਓ ਵੀ ਭਾਈ DNA ਹੋਇਆ, ਜੇ DNA ਹੋਇਆ ਤੇ ਜੇ ਬੱਚਾ ਮੰਨ ਲਓ ਉਮਰ ਮੰਨ ਲਓ ਕੋਈ 12 ਮਹੀਨੇ ਜਾਂ 13 ਮਹੀਨੇ ਹੈਗੀ ਹੈ ਤੇ ਉਹ ਸਾਲ ਦੇ ਇਰਦ ਗਿਰਦ DNA ਹੋ ਜਾਂਦਾ, ਤੁਸੀਂ ਉਹ ਵੀ ਅਗਲੇ ਤੋਂ ਭਾਈ 7-8 ਹਜ਼ਾਰ ਰੁਪਈਏ ਨਾਲ ਕੀ ਫਰਕ ਪੈਂਦਾ ਹੈ, ਜੇ ਆਪਾਂ ਲੱਖਾਂ ਰੁਪਈਆ ਲਾਉਣਾ ਹੈ ਤੇ ਆਪਾਂ ਨੂੰ ਉਹ ਪੌਣ ਛਾਣ ਕਰਨੀ ਚਾਹੀਦੀ ਹੈ। ਕਿਉਂਕਿ ਮੈਨੂੰ ਪਤਾ ਹੈ ਵੀ ਸਰਪੰਚ ਸਾਹਿਬ ਹੁਣ ਘੋੜੇ ਨਾਲ ਪਹਿਲਾਂ ਬਹੁਤ ਧੱਕਾ ਹੁੰਦਾ ਰਿਹਾ, ਬਾਈ ਹੁਣ ਵਾਲੇ ਘੋੜੇ ਨੇ ਬਹੁਤ ਵੱਡੇ ਵੱਡੇ ਬੱਚੇ ਪੈਦਾ ਕੀਤੇ ਆ, ਅੱਜ ਜਿਹੜੇ ਸਾਣ ਬਣੇ ਖੜੇ ਆ ਉਹ ਤਾਂ ਘੋੜਾ ਚਲੋ ਅੱਜ ਦੁਨੀਆਂ 'ਤੇ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਸਰਪੰਚ ਸਾਹਿਬ ਨੂੰ ਅੱਜ ਵੀ ਗੱਲ ਦਿਲ 'ਚ ਖਟਕਦੀ ਹੋਊਗੀ ਕਿ ਯਾਰ ਉਹ ਬੱਚਾ ਜਿਹੜਾ ਸੀ ਉਹ ਤਾਂ ਮੇਰੇ ਘੋੜੇ ਦਾ ਸੀ, ਅਤੇ ਉਹ ਘੋੜੇ ਸਟਾਰ ਘੋੜੇ ਜਿਹੜੇ ਕਹਿ ਦਈਏ ਜਿਨ੍ਹਾਂ ਦਾ ਨਾਮ ਚੱਲਦਾ, ਉਹਨਾਂ ਘੋੜਿਆਂ ਦਾ ਨਾਂ ਲੈ ਲੈ ਕੇ ਬਹੁਤ ਮਾਰਕੀਟ ਦੇ ਵਿੱਚ ਆਪਣੇ ਘੋੜੇ ਦੇ ਬੱਚੇ ਦਿੱਤੇ ਗਏ ਜੀ, ਅਤੇ ਇਹ ਧੱਕਾ ਹੁਣ ਤੱਕ ਚੱਲਦਾ ਉਹਦਾ ਸੱਜਣੋ, ਅਤੇ ਮੇਰੇ ਭਰਾ ਜਿਹਨੇ ਲੈਣਾ ਉਹ ਵੀ ਧਿਆਨ ਦਿਆ ਕਰੋ, ਅਤੇ ਜਿਹਨੇ ਵੇਚਣਾ ਉਹਨਾਂ ਸਾਹਮਣੇ ਵੀ ਬੇਨਤੀ ਆ ਭਰਾਵਾ, ਵੀ ਰੌਲਾ ਇਹ ਆ ਮੁੜ ਕੇ ਜਦੋਂ ਘੋੜਾ ਪਾਲਕ ਨੂੰ ਪਤਾ ਲੱਗਦਾ ਅਗਲਾ ਮੁੜ ਕੇ ਪਹੁੰਚ ਕਰਦਾ, ਫਿਰ ਉਹ ਕਹਿੰਦੇ ਆ ਵੀ ਬਾਈ ਸਾਡੀ ਬੇਇੱਜ਼ਤੀ ਕੀਤੀ ਹੈ, ਅਤੇ ਫਿਰ ਉਹ ਗੱਲ ਦੂਜੇ ਪਾਸੇ ਲੱਗ ਜਾਂਦੀ, ਮੇਰੇ ਭਰਾ ਇੱਥੋਂ ਤੱਕ
ਨੌਵੀਂ 'ਤੇ ਨਾ ਆਉਣ ਦਿਆ ਕਰੋ। ਜਿਹੜੇ ਘੋੜੇ ਦਾ ਜਿਹੜਾ ਬੱਚਾ ਹੈਗਾ ਉਹ ਇਮਾਨਦਾਰੀ ਨਾਲ ਮੇਰੇ ਭਰਾ ਕਹਿ ਕੇ ਦਿਆ ਕਰੋ। ਬਾਕੀ ਜਿਹੜੇ ਕਰਮਾਂ ਦੀ ਖੇਡ ਹੁੰਦੀ ਆ ਨਾ, ਜਿਹੜਾ ਇੱਦਾਂ ਦਾ ਪੈਸਾ ਆਪਾਂ ਕਹਿ ਦਿੰਦੇ ਹਾਂ ਸਰਪੰਚ ਸਾਹਿਬ ਵੀ ਆਪਾਂ ਯਾਰ ਲੱਖ ਵੱਟ ਲਿਆ, ਉਹ ਜਦੋਂ 10 ਲੱਖ ਵੜ ਕੇ ਦੂਜੇ ਰਾਹ ਨਿਕਲਦਾ ਨਾ, ਫਿਰ ਬੰਦਾ ਪਛਤਾਉਂਦਾ। ਕਿਉਂਕਿ ਆਪਾਂ ਗੱਲ ਕਰਦੇ ਸਾਂ ਆਫ ਕੈਮਰਾ, ਜਿਹੜਾ ਚੰਗਾ ਕਰਮ ਹੈ ਉਹ ਵੀ ਆਪਣੇ ਕਿਤੇ ਨਾ ਕਿਤੇ ਅੱਗੇ ਆਉਣਾ, ਜਿਹੜਾ ਮਾੜਾ ਕੰਮ ਹੈ ਸੱਜਣੋ ਉਹ ਵੀ ਕਿਤੇ ਨਾ ਕਿਤੇ ਅੱਗੇ ਆਉਣਾ। ਘੋੜੇ ਤਾਂ ਹੁਣ ਸੁੱਖ ਜੀ ਵਿੱਚੇ ਗੱਲ ਤੁਹਾਡੀ ਕਰਨਾ, ਘੋੜਿਆਂ ਨਾਲ ਤਾਂ ਗੁਰੂ ਛੇਵੇਂ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ ਜੀ, ਕਾਬਲ ਦੀ ਸੰਗਤ ਘੋੜੇ ਲੈ ਕੇ ਆਈ ਸੀ ਜੀ, ਤੇ ਸੂਬੇ ਨੇ ਉੱਥੇ ਘੋੜੇ ਖੋਲੇ ਲਾਹੌਰ ਦੇ ਵਿੱਚ ਜੀ, ਤੇ ਗੁਰੂ ਛੇਵੇਂ ਪਾਤਸ਼ਾਹ ਨੂੰ ਆਣ ਕੇ ਸੰਗਤ ਨੇ ਆਖਿਆ ਵੀ ਸਾਡੇ ਘੋੜੇ ਖੋਲੇ ਨੇ। ਹਾਂਜੀ, ਤੇ ਗੁਰੂ ਛੇਵੇਂ ਪਾਤਸ਼ਾਹ ਨੇ ਬਾਬੇ ਬਿਧੀ ਚੰਦ ਨੂੰ 2 ਵਾਰਾਂ ਘੱਲਿਆ ਘੋੜੇ ਬਦਲੇ ਜੀ, ਤੇ ਵੇਖ ਲਓ ਦਰਿਆ ਜਿਹੜਾ ਕੋਲੋਂ ਦੀ ਲੰਘਦਾ ਹੁੰਦਾ ਲਾਹੌਰ ਦੇ ਕਿਲੇ ਦੇ ਕੋਲੋਂ ਦੀ ਜੀ, ਤੇ ਦਰਿਆ ਦੇ ਵਿੱਚ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਗੁਰੂ ਛੇਵੇਂ ਪਾਤਸ਼ਾਹ ਦਾ ਹੱਥ ਸੀ, ਤੇ ਜੇ ਇਹਨਾਂ ਫਰਿਸ਼ਤਿਆਂ ਨਾਲ ਆਪਾਂ ਝੂਠ ਮਾਰਨੇ ਆ ਤੇ ਵੇਖ ਲਓ ਫਿਰ ਗੁਰੂ ਛੇਵੇਂ ਪਾਤਸ਼ਾਹ। ਉਹ ਬੇਨਤੀ ਵੀ ਘੋੜੀਆਂ ਹੁਣ ਬੜੀਆਂ ਦੂਰੋਂ ਦੂਰੋਂ ਇਹਨਾਂ ਕੋਲ ਆ ਰਹੀਆਂ ਨੰਬਰਦਾਰ ਜੀ ਹਰਾਂ ਕੋਲ ਜੀ, ਜਿਵੇਂ ਪੀਟਰ ਵਿਰਦੀ ਕੇ ਜਿਹਨਾਂ ਨੇ ਲਾਂਘੇ ਵਾਸਤੇ ਬੜਾ ਵੱਡਾ ਸਹਿਯੋਗ 2,000 ਕਰੋੜ ਦਿੱਤਾ ਜੀ, ਹੁਣ ਉਹ ਸਭ ਤੋਂ ਵੱਡਾ ਸਹਿਯੋਗ ਦੇ ਰਹੇ ਨੇ ਵੀ ਪਾਕਿਸਤਾਨ 'ਚ 86 ਗੁਰਦੁਆਰੇ ਨੇ ਜੀ, ਉੱਥੇ 5,000 ਕਰੋੜ ਦੇਣ ਲੱਗੇ ਨੇ। ਵਾਹ ਜੀ ਵਾਹ ਜੀ, ਬਹੁਤ ਤਕੜਾ ਦਿਲ ਹੈ। ਅੱਛਾ, ਉਹਨਾਂ ਦੀਆਂ ਘੋੜੀਆਂ ਆਪਣੇ ਘੋੜੇ ਦਾ ਫਾਰਮ ਕਪੂਰਥਲੇ ਆ ਜੀ, ਤੇ ਆਪ ਤੋਂ ਬਾਹਰ ਰਹਿੰਦੇ ਨੇ ਜੀ, ਤੇ ਉਹ ਸਾਡੇ ਕੋਲ ਇੱਥੇ ਭੇਜ ਦਿੰਦੇ ਨੰਬਰਦਾਰ ਤੋਂ ਘੋੜੀਆਂ ਭਰਾ ਗਏ ਗਿਆ, ਘੋੜੀਆਂ ਗੱਭਣਾ ਵੀ ਨੇ, ਹੁਣ ਵੀ ਇੱਕ ਥੋੜੇ ਦਿਨ ਹੋਏ ਉਦਣ ਵੀ ਭਰਾ ਗਏ। ਸਰਦਾਰ ਪੀਟਰ ਵਿਰਦੀ ਜੀ ਨੇ ਜਿਹੜੇ ਉਹਨਾਂ ਨੇ ਬਹੁਤ ਵਧੀਆ ਸ਼ਲਾਘਾ ਜੋ ਕਦਮ ਹੈ ਜਿਹੜਾ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਜਦੋਂ ਪਾਕਿਸਤਾਨ ਦਾ ਕਰਤਾਰਪੁਰ ਵਾਲਾ ਲਾਂਘਾ ਓਪਨ ਹੋਇਆ ਸੀਗਾ, ਖੁੱਲ੍ਹਿਆ ਸੀ, ਅਤੇ ਉਹਦੇ ਵਿੱਚ ਬਹੁਤ ਵੱਡਾ ਸਹਿਯੋਗ ਉਹਨਾਂ ਦਾ ਹੈ, ਅਤੇ ਹੁਣ ਵੀ ਬਹੁਤ ਵੱਡਾ ਸਹਿਯੋਗ ਗੁਰਦੁਆਰਾ ਸਾਹਿਬ ਦੇ ਵਿੱਚ ਕਰ ਰਹੇ ਨੇ। ਹੋਰ ਜਿਹੜੇ ਚੰਗੇ ਕਰਮ ਹੁੰਦੇ ਆ, ਕੋਈ ਮੰਨ ਲਓ ਮਨੁੱਖਤਾ ਦੀ ਸੇਵਾ ਵਾਸਤੇ ਬਹੁਤ ਉਹ ਕੰਮ ਕਰਦੇ ਰਹਿੰਦੇ ਆ, ਅਤੇ ਉਹਨਾਂ ਦਾ ਵੀ ਇੱਕ ਵੱਡਾ ਨਾਂ ਹੈ ਇੱਧਰਲੇ ਪਾਸੇ, ਅਤੇ ਉਹਨਾਂ ਦੇ ਕੋਲ ਵੀ ਘੋੜੇ ਆ, ਅਤੇ ਉਹਨਾਂ ਦੀਆਂ ਘੋੜੀਆਂ ਹਿਸਾਬ ਨਾਲ ਵੀ ਹੋਰ ਵੀ ਉਹ ਮਿਲਾ ਸਕਦੇ ਆ ਬਾਈ, ਉਹਨਾਂ ਨੂੰ ਕੋਈ ਚੀਜ਼ ਦੀ ਘਾਟਤਾ ਹੈ ਨਹੀਂ। ਹਾਂਜੀ ਹਾਂਜੀ ਸੁਖ ਜੀ, ਬੇਨਤੀ ਇਸ ਤਰ੍ਹਾਂ ਵਾ ਵੀ ਜਿਹੜੀਆਂ ਆਪਣੇ ਇਲਾਕੇ ਤੋਂ ਕੱਲ੍ਹ ਨੂੰ 2 ਘੋੜੀਆਂ ਉਹਨਾਂ ਡਾਕਟਰ ਸੁਖਦੇਵ ਸਿੰਘ ਸੰਧੂ ਸਾਹਿਬ ਪਹੁੰਚੇ ਸੀ ਜੀ, ਅਤੇ ਉਹਨਾਂ ਨੇ ਕੱਲ੍ਹ ਦਾ ਟਾਈਮ ਦਿੱਤਾ ਉਹਨਾਂ ਨੂੰ। ਅੱਛਾ, ਅਤੇ ਮਾਝੇ ਤੋਂ 2 ਘੋੜੀਆਂ ਕੱਲ੍ਹ ਨੂੰ ਉਹ ਵੀ ਆਪਣੇ ਆਉਣਗੀਆਂ, ਇੱਥੇ ਆਉਣਗੀਆਂ ਕਿਉਂਕਿ ਆਪਣੇ ਘੋੜੇ ਨਾਲ ਉਹਨਾਂ ਦੀ ਲਾਈਨ ਮਿਲਦੀ ਸੀ ਜੀ, ਅਤੇ ਕੱਲ੍ਹ ਨੂੰ ਇੱਥੇ ਆ ਰਹੇ ਨੇ। ਉਹ ਵੀ ਕਹਿਣ ਦਾ ਭਾਵ ਵੀ ਸੋਹਣੀਆਂ ਘੋੜੀਆਂ ਨੇ, ਬਹੁਤ ਚੰਗੀਆਂ ਜੀ ਜੀ। ਚਲੋ ਪ੍ਰਮਾਤਮਾ ਸੁੱਖ ਰੱਖੇ ਬਾਈ, ਇਹਦੇ ਬੱਚੇ ਹੋਰ ਵੀ ਮੈਂ ਤੇ ਕਹਿੰਦਾ ਵੀ ਤਕੜੇ ਤੋਂ ਤਕੜਾ ਹੋ। ਮੈਂ ਤਾਂ ਇੱਕ ਹੋਰ ਸੁੱਖ ਜੀ ਬੇਨਤੀ ਕਰਨਾ, ਹਾਂਜੀ ਵੀ ਪਹਿਲੋਂ ਘੋੜੇ ਲੈ ਕੇ ਨਾ ਆਓ, ਪਹਿਲੋਂ ਆਪ ਆਓ, ਆਪ ਆਣ ਕੇ ਘੋੜਾ ਬਾਹਰ ਕੱਢ ਕੇ ਵੇਖੋ, ਇਹਦੀ ਕੰਡ ਕੰਡੀਸ਼ਨ ਵੇਖੋ, ਇਹਦੀ ਮਾਂ ਵੇਖੋ ਜੀ, ਆਣ ਕੇ ਘੋੜਾ ਵੇਖ ਕੇ ਫਿਰ ਘੋੜੀ ਲੈ ਕੇ ਆਓ। ਕਿਤੇ ਨਾ ਮਨ ਚ ਹੋਏ ਵੀ ਅਸੀਂ ਘੋੜੀ ਲੈ ਯਾਰ, ਇਹਨਾਂ ਤੋਂ ਤਾਂ ਘੋੜੀ ਨਹੀਂ ਸੀ ਭਰਾਉਣੀ ਨਾ, ਪਹਿਲੋਂ ਘੋੜਾ ਵੇਖੋ, ਬਹੁਤ ਵੱਡੀ ਆਪਦੇ ਜੇ ਦਿਲ ਲੱਗਦਾ ਘੋੜੀ ਭਰਾਓ, ਕਿਉਂਕਿ ਫੀਸ ਵੀ ਜਾਇਜ਼ ਜੀ, ਠੀਕ ਹੈ ਨਾ ਜੀ। ਅਸੀਂ ਤਾਂ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਨੀ ਵੀ ਜ਼ਰੂਰ ਇਹ ਕਰਾਓ, ਬਹੁਤ ਘੋੜੇ ਦੇ ਦਰਸ਼ਨ ਕਰੋ ਤੇ ਸਾਨੂੰ ਵੀ ਇੱਥੇ ਦਰਸ਼ਨ। ਬਿਲਕੁਲ ਬਿਲਕੁਲ ਸਰਪੰਚ ਸਾਹਿਬ, ਸੁੱਖ ਜੀ ਬੇਨਤੀ ਇਸ ਤਰ੍ਹਾਂ ਵਾ, ਕੱਲੇ ਘੋੜਾ ਵੀ ਨਹੀਂ ਚੱਲਦਾ, ਘੋੜਾ ਪਾਲਕ ਵੀ ਨਾਲ ਚੱਲਦਾ। ਹਾਂਜੀ ਹਾਂਜੀ, ਇੱਥੇ ਪਹਿਲੋਂ ਜਦੋਂ ਆਉਣਗੇ ਭਰਾਵਾਂ ਦੇ ਨਾਲ ਗੱਲਬਾਤ ਕਰਨਗੇ, ਜਲ ਪਾਣੀ ਦੀ ਸੇਵਾ ਵੇਖਣਗੇ, ਉਸ ਤੋਂ ਬਾਅਦ ਉਹ ਜੰਗਲ ਲੈ ਕੇ ਜ਼ਰੂਰ ਪਹੁੰਚਣਗੇ। ਮੈਂ ਨਾ ਇੱਕ ਗੱਲ ਕਹਿੰਦਾ ਹੁੰਦਾ ਵੀ ਜਾਂ ਤਾਂ ਅੱਜ ਕੱਲ੍ਹ ਕਹਿੰਦੇ ਆ ਵੀ 3 ਚੀਜ਼ਾਂ ਕਰਕੇ ਘੋੜਾ ਚੱਲਦਾ, ਜਾਂ ਤਾਂ ਸ਼ੋ ਵਿਨਰ ਹੋਵੇ ਵੀ ਸ਼ੋ ਜਿਹੜੇ 'ਚ ਖੜਿਆ ਵਿਨਰ ਬਣ ਗਿਆ, ਜਿਹਦੇ 'ਚ ਖੜਿਆ ਚੈਂਪੀਅਨ ਬਣ ਗਿਆ, ਜਾਂ ਘੋੜਾ ਆਪਾਂ ਕਹਿ ਦਿੰਦੇ ਹਾਂ ਵੀ ਅੱਜ ਕੱਲ੍ਹ ਕਹਿੰਦੇ ਵੀ 69-70 ਹੁਣ ਤਾਂ 71 ਇੰਚ ਵੀ ਹੋ ਗਏ, ਜਾਂ ਤਾਂ ਵੀ ਤੋਂ ਜ਼ਿਆਦਾ ਹੈਟ ਹੋਵੇ, ਜਾਂ ਘੋੜਾ ਬੱਚਿਆਂ ਦੇ ਸਿਰ 'ਤੇ ਚੱਲਦਾ ਵੀ ਜਿੱਦਾਂ ਆਪਣੇ ਵਾਲੇ ਘੋੜੇ 'ਤੇ ਬਹੁਤ ਚੰਗੇ ਰਿਜ਼ਲਟ ਆ ਗਏ। ਇਹ ਤਾਂ 3 ਗੱਲਾਂ ਹੋ ਗਈਆਂ ਘੋੜੇ ਪ੍ਰਤੀ। ਮੈਂ ਕਹਿੰਦਾ ਹੁੰਦਾ ਵੀ 4th ਨੰਬਰ 'ਤੇ ਵੀ ਘੋੜਾ ਚੱਲਦਾ, ਜੇ ਘੋੜਾ ਪਾਲਕ ਦਾ ਦੂਜੇ ਭਰਾਵਾਂ ਨਾਲ ਸੋਹਣਾ ਸੰਬੰਧ ਹੈ, ਸੇਵਾ ਸਤਿਕਾਰ ਹੈ, ਅਤੇ ਇਹਨਾਂ ਚੀਜ਼ਾਂ ਕਰਕੇ ਵੀ ਵੱਡਾ ਅਸਰ ਪੈਂਦਾ, ਅਤੇ ਇਹ ਪਰਿਵਾਰ ਬਹੁਤ ਚੰਗਾ ਪਰਿਵਾਰ ਹੈ ਸੱਜਣੋ, ਖਾਨਦਾਨੀ ਭਰਾ ਨੇ, ਖਾਨਦਾਨੀ ਸ਼ੌਂਕ ਹੈ, ਅਤੇ ਬਾਕੀ ਤੁਸੀਂ ਜਦੋਂ ਆਓਗੇ ਤਾਂ ਤੁਸੀਂ ਆਪੇ ਆਟੋਮੈਟਿਕ ਮੇਰੇ ਹਿਸਾਬ ਨਾਲ ਇੱਥੋਂ ਜਾਣ ਨੂੰ ਜੀਅ ਨਹੀਂ ਕਰਦਾ ਵੀ ਜਿੰਨੀਆਂ ਹੱਸ ਕੇ ਜਾਏ। ਤੋਂ ਵੱਡੀ ਗੱਲ ਹੈ ਵੀ ਨੰਬਰਦਾਰ ਸਾਹਿਬ ਗਿਆਨ ਬਹੁਤ ਦਿੰਦੇ ਆ, ਕਿਉਂਕਿ ਆਪ ਗਿਆਨ ਕਿਤੇ ਉਹ ਲਿਆ ਹੈ ਤਾਂ ਫਿਰ ਹੀ ਤੁਹਾਨੂੰ ਗੱਲਾਂ ਰਾਹੀਂ ਉਹ ਜਿਹੜਾ ਗਿਆਨ, ਕਿਉਂਕਿ ਅੱਜ ਦਾ ਵਿਸ਼ਾ ਆਪਣਾ ਘੋੜਾ ਪਾਲਕ ਦਾ ਹੈ,
ਤੇ ਮੰਨ ਲਓ ਘੋੜਾ ਪਾਲਕਾਂ ਦੇ ਤੌਰ 'ਤੇ ਹੀ ਆਪਾਂ ਗੱਲਬਾਤ ਕੀਤੀ ਹੈ, ਹੋਰ ਜੇ ਕਿਤੇ ਸਮਾਂ ਲੱਗਿਆ ਤਾਂ ਬਾਪੂ ਜੀ ਦੀਆਂ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ, ਉਹ ਵੀ ਬੜੀਆਂ ਸੰਤੁਸ਼ਟ ਕਰਨ ਵਾਲੀਆਂ। ਠੋਕ ਕੇ ਗੱਲ ਕਰਦੇ ਆ, ਤੱਥ ਦੇ ਆਧਾਰ 'ਤੇ ਗੱਲ ਕਰਦੇ ਆ, ਤਾਂ ਤੁਹਾਨੂੰ ਉਹ ਵੀ ਬਹੁਤ ਮਜ਼ਾ ਆਊਗਾ, ਉਹ ਵੀ ਬਹੁਤ ਗਿਆਨ 'ਚ ਵਾਧਾ ਹੋਊਗਾ। ਬਾਕੀ ਹੋਰ ਕੋਈ ਗੱਲਬਾਤ ਬਾਈ ਕਰਨੀ ਹੈ ਕਿਸੇ ਵੀ ਭਰਾ ਨੇ ਜੀ? ਓਕੇ, ਰਿਪੋਰਟਾਂ ਜੀ, ਧੰਨਵਾਦ ਤੁਹਾਡਾ, ਧੰਨਵਾਦ ਬਾਈ ਜੀ। ਅੱਛਾ ਸੱਜਣੋ, ਤੁਹਾਨੂੰ ਘੋੜਾ ਵਿਖਾਇਆ, ਰਿਜ਼ਲਟ ਵਿਖਾਇਆ, ਭਰਾਵਾਂ ਦੀਆਂ ਗੱਲਾਂ ਸੁਣਾਈਆਂ, ਸਾਰੀ ਕਹਾਣੀ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖਤੀ ਹੈ। ਫੀਸ 21,000 ਰੁਪਈਆ, ਘੋੜੀ ਫਿਰ ਕਹਿਦਾ ਵੀ ਤੁਹਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਖੜੀ ਹੈ, ਚੰਗਾ ਬੱਚਾ ਲੈਣਾ ਚਾਹੁੰਦੇ ਹੋ ਤਾਂ ਭਰਾਵਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਹੀ ਜਲਦ ਇੱਦਾਂ ਦੇ ਦੇਵਤੇ ਘੋੜੇ ਘੋੜੀਆਂ ਨਗੀਨੇ ਤੁਹਾਡੀ ਕਚਹਿਰੀ 'ਚ ਲੈ ਕੇ ਹਾਜ਼ਰ ਹੁੰਦੇ ਹਾਂ, ਉਹਨੇ ਸਮੇਂ ਲਈ ਵਿਹੋ ਦੀ ਸੁੱਖ ਸਾਨੂੰ ਇਜਾਜ਼ਤ, ਜਿਉਂਦੇ ਵਾਸਤੇ ਹੱਲਦੇ ਰਹੋ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਭਰਾਵਾਂ ਦਾ ਧੰਨਵਾਦ, ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ। ਓਕੇ ਸੱਜਣੋ, ਮਾਰ ਦਿਓ ਸ਼ੇਰ, ਮਿਲਦੇ ਅਗਲੀ ਵੀਡੀਓ ਨਾਲ, ਧੰਨਵਾਦ।